ਵਿਜਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ ਵਿੱਚ ਸੁਆਗਤ ਹੈ ਜੀ। ਲਓ ਜੀ ਆਪਾਂ ਦੀਵਾਲੀ ਮਨਾ ਲਈ ਐ ਸਾਰੇ ਪਾਸੇ ਰੋਸ਼ਨੀਆਂ ਦਾ ਤਿਹਾਰ ਬੰਦੀ ਛੋਟ ਦਿਵਸ ਦਾ ਤਿਹਾਰ ਅਸੀਂ ਬੜੀ ਸ਼ਰਧਾ ਨਾਲ ਬੜੀ ਧੂਮ ਧਾਮ ਨਾਲ ਇੱਥੋ ਆ ਕੇ ਪੋਲਿਊਸ਼ਨ ਫਲਾ ਕੇ ਵੀ ਮਨਾ ਲਿਆ ਐ ਤੇ ਕਈ ਥਾਂ दारूਆਂ ਦੇ ਦੌਰ ਜੂਏ ਦੇ ਦੌਰ ਅਜਿਹੀਆਂ ਖਬਰਾਂ ਵੀ ਕਈ ਥਾਂ ਲੜਾਈ ਝਗੜੇ ਦੀਆਂ ਖਬਰਾਂ ਵੀ ਇਹ ਸਾਰਾ ਕੁਝ ਚੱਲਦਾ ਰਿਹਾ ਪਰ ਇਸ ਦਰਮਿਆਨ ਹਰਿਆਣਾ ਨੇ ਇੱਕ ਨਵਾਂ ਇਤਿਹਾਸ ਰਚਿਆ ਹਰਿਆਣਾ ਦੇ ਵਿੱਚ ਦੀਵਾਲੀ ਵਾਲੇ ਦਿਨ ਮਨੋਹਰ لال ਖੱਟਰ ਦੁਆਰਾ ਮੁੱਖ ਮੰਤਰੀ ਬਣਦੇ ਨੇ ਪਰ ਸਹਾਰਾ ਜੱਜਪਾ ਦਾ ਬਿਲਕੁਲ ਜੀ ਨਵੀਂ ਬਣੀ ਚਟਾਲਿਆਂ ਦੇ ਮੁੰਡਿਆਂ ਦੀ ਪਾਰਟੀ ਜਿਹੜੇ 10 ਸੀਟਾਂ ਜਿੱਤ ਕੇ ਪਹਿਲੀ ਵਾਰ ਚਰਚਾ ਚ ਆਉਂਦੇ ਨੇ ਤੇ ਨਾਲ ਹੀ ਉਪ ਮੁੱਖ ਮੰਤਰੀ ਬਣ ਜਾਂਦੇ ਨੇ ਇਸ ਮਸਲੇ ਨੂੰ ਲੈ ਕੇ ਖਾਸੀ ਚਰਚਾ ਹੈ ਹਰਿਆਣਾ ਦੇ ਵਿੱਚ ਇਹ ਰਾਜਨੀਤਿਕ ਗਠਜੋੜ ਕਿੰਨਾ ਕੁ ਗੰਭੀਰ ਹੈ ਜਾਂ ਕਿੰਨਾ ਕੁ ਸੱਤਾ ਦੇ ਲਾਲਸਾ ਤੋਂ ਪ੍ਰੇਰਿਤ ਹੈ ਇਹ ਸਾਰੇ ਮਸਲੇ ਗੰਭੀਰ ਨੇ ਤੇ ਇਸ ਗਠਜੋੜ ਦਾ ਵੀ ਤੇ ਹਰਿਆਣਾ ਦੇ ਚੋਣ ਨਤੀਜਿਆਂ ਦਾ ਅਸਰ ਕੀ ਇਹ ਪੰਜਾਬ ਤੇ ਵੀ ਪੈਣ ਵਾਲਾ ਹੈ ਪੰਜਾਬ ਦੇ ਗਠਜੋੜ ਤੇ ਪੈਣ ਵਾਲਾ ਹੈ ਜਾਂ ਪੰਜਾਬ ਦੀ ਰਾਜਨੀਤਿਕ ਦ੍ਰਿਸ਼ਤੇ ਪੈਣ ਵਾਲਾ ਇਹਨਾਂ ਸਾਰੇ ਮਸਲਿਆਂ ਨੂੰ ਵਿਚਾਰਾਂਗੇ ਮਾਹਰ ਮਹਿਮਾਨ ਸੀਨੀਅਰ ਪੱਤਰਕਾਰ ਸਰਵਜੀਤ ਤਾਲੀਆਲ ਸਭ ਸਾਡੇ ਨਾਲ ਨੇ ਤਾਲੀਆਲ ਸਾਹਿਬ ਸਵਾਗਤ ਹੈ ਤੁਹਾਡਾ ਆ ਆਪਾਂ ਜੇਕਰ ਹਰਿਆਣੇ ਦੇ ਨਤੀਜਿਆਂ ਤੋਂ ਗੱਲ ਸ਼ੁਰੂ ਕਰੀਏ ਜਦੋਂ ਹੁੱਡਾ ਨੂੰ ਦੁਆਰਾ ਕਾਂਗਰਸ ਨੇ ਸੂਬੇ ਦੀ ਕਮਾਂਡ ਸੌਂਪੀ ਤੇ ਨਾਲ ਕੁਮਾਰੀ ਸ਼ੈਲਜਾ ਹੋਰਾਂ ਨੂੰ ਪ੍ਰਧਾਨ ਬਣਾ ਕੇ ਲਿਆਂਦਾ ਤਦ ਲੱਗਿਆ ਸੀ ਕਿ ਬਹੁਤ ਦੇਰ ਹੋ ਗਈ ਕਿ ਹੁਣ ਤਾਂ ਕੁਝ ਨਹੀਂ ਔਰ ਅੰਦਾਜ਼ਾ ਚੱਲ ਰਿਹਾ ਸੀ ਕਿ ਖੱਟਰ ਸਾਹਿਬ 70 ਪਲੱਸ ਜਾਣਗੇ ਤੇ ਦੁਸ਼ਯੰਤ ਨੂੰ ਤਾਂ ਲੋਕਾਂ ਬੀਰਣਤਾ ਨਾਲ ਲੈ ਰਹੇ ਸੀ ਪਰ ਉਹਦੀ ਪਾਰਟੀ ਨੂੰ ਨਹੀਂ ਲੈ ਰਹੇ ਸੀ ਜਿਹੜੇ ਨਤੀਜੇ ਆਏ ਪਹਿਲਾਂ ਤਾਂ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਪਹਿਲਾਂ ਕਾਂਗਰਸ ਤੋਂ ਸ਼ੁਰੂ ਕਰਦੇ ਹਾਂ ਗੱਲ ਆਪਾਂ ਕਾਂਗਰਸ ਨੂੰ ਇੰਨੀ ਆਸ ਨਹੀਂ ਸੀ ਕਿ ਸਾਨੂੰ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦਾ ਮੰਡਟ ਮਿਲੇਗਾ ਸਾਨੂੰ ਲੋਕ ਇਸ ਤਰ੍ਹਾਂ ਹਾਂ ਦੁਆਰਾ ਮਤਲਬ ਸਰਕਾਰ ਉਹ ਤਾਂ ਪਿਛਲੀ ਵਾਰ ਵਾਲੇ ਅੰਕੜੇ ਪੂਚਾਉਣ ਨੂੰ ਫਿਰਦੇ ਸੀ ਹਾਂ ਜੀ ਇਸ ਕਰ ਕਿ ਕਿਹੜੀ ਕਾਂਗਰਸ ਨੇ ਚੋਣ ਲੜੀ ਨਾ ਉਹ ਬੜੀ ਮਤਲਬ ਆਧਮਨੋ ਜੋ ਲੜੀ ਨੂੰ ਕਹਿੰਦੇ ਹਾਂ ਹਾਫ ਹਾਰਟ ਅਲੀ ਜਾਈ ਨਾ ਤਾਂ ਕੋਈ ਪੂਰਾ ਪੈਸਾ ਖਰਚਿਆ ਨਾ ਹੀ ਹਾਈ ਕਮਾਂਡ ਨੇ ਬਹੁਤਾ ਕੋਈ ਇੰਟਰਸਟ ਲਿਆ ਮੇਰੇ ਖਿਆਲ ਵਿੱਚ ਰਾਹੁਲ ਇੱਕ ਦੋ ਵਾਰੀ ਆਇਆ ਪ੍ਰਿੰਕਾ ਆਈ ਨਹੀਂ ਸੋਨਿਆ ਸੋਨਿਆ ਵੀ ਸ਼ਾਇਦ ਨਹੀਂ ਆਈ ਇਧਰ ਨਵਜੋਤ ਸਿੰਘ ਸਿੱਧੂ ਦੇ ਕੋਈ ਕੋਈ ਜ਼ੋਰ ਨਹੀਂ ਪਾਇਆ ਗਿਆ ਕਿ ਤੁਸੀਂ ਜਾ ਕੇ ਕਿਹਨਾਂ ਪ੍ਰਚਾਰ ਚੋਣ ਪ੍ਰਚਾਰ ਕਰੋ ਹੋਰ ਵੀ ਕੋਈ ਵੱਡਾ ਨੇਤਾ ਦੂਸਰੇ ਉਸੇ ਤੋਂ ਨਹੀਂ ਆਇਆ ਤਾਂ ਕਾਂਗਰਸ ਨੂੰ ਲੱਗਦਾ ਆਸ ਨਹੀਂ ਸੀ ਇਹ ਨਹੀਂ ਜਿੰਨੇ ਉਹਨਾਂ ਨੂੰ ਮਿਲ ਗਿਆ ਮਿਲ ਗਿਆ ਇਹ ਵੀ ਗੱਲ ਹੈ ਵੀ ਸਹੀ ਹੈ ਤੁਹਾਡੀ ਵੀ ਦੇਰ ਹੋਈ ਹੈ ਇਹ ਦੇ ਵਿੱਚ ਜੇ ਹੁੱਡੇ ਨੂੰ 3-4 ਮਹੀਨੇ ਪਹਿਲਾਂ ਪਹਿਲਾ ਮੌਕਾ ਮਿਲਿਆ ਮੌਕਾ ਦਿੱਤਾ ਜਾਂਦਾ ਤਾਂ ਸ਼ਾਇਦ ਉਹ ਕੀਂਦਾ ਬੈਟਰ ਪਰਫਾਰਮੈਂਸ ਆ ਜਾਂਦਾ ਜਾਂ ਨੇੜੇ ਤੇ ਡੇ ਸਰਕਾਰ ਬਣਾਉਣ ਦੇ ਪਹੁੰਚ ਜਾਂਦੇ ਦੋ ਚਾਰ ਆਜ਼ਾਦ ਮਹਾਰਾਜ ਕਿ ਪਹਿਲੀ ਗੱਲ ਤਾਂ ਇਹ ਹੈਗੀ ਹੂੰ ਦੂਸਰੀ ਗੱਲ ਵੈਸੇ ਤਾਂ ਇਹ ਆਪਾਂ ਕਹਿੰਦੇ ਆ ਵੀ ਹਿੰਦੁਸਤਾਨ ਦੀ ਸਿਆਸਤ ਵਿੱਚ ਕੋਈ ਅਨਹੋਣੀ ਨਹੀਂ ਕਿਉਂਕਿ ਪਹਿਲਾਂ ਵੀ ਇੰਜ ਅਨਹੋਣੀਆਂ ਕਈ ਵਾਰੀਆਂ ਨੇ ਬਾਪਰੀਆਂ ਨੇ ਪਰ ਇੱਕ ਢੰਗ ਨਾਲ ਆਪਾਂ ਕਹਿ ਵੀ ਸਕਦੇ ਹਾਂ ਕਿ ਜਿਸ ਤਰ੍ਹਾਂ ਜੀ ਜੇ ਪੀ ਨੇ ਜਿਹੜੀ ਜੈਪਾਲ ਜੀ ਨੂੰ ਕਹਿੰਦੇ ਆਪਾਂ ਉਹਨੇ ਕਹਿੰਦੇ ਆਪਣਾ ਕਾ ਬੀਜੇਪੀ ਨਾਲ ਭਾਈਵਾਲੀ ਬਣਾਈ ਹੈ ਬਣਾਈ ਹੈ ਬੀਜੇਪੀ ਕੋਲੇ 40 ਸੀਟਾਂ ਆਈਆਂ ਇੱਕ ਸਟੇਜ ਐਂ ਲੱਗਦਾ ਸੀ 35 35 ਰਹਿਣੀਆਂ ਦੋਨਾਂ ਦੇ ਕਾਂ ਕਿਤੇ ਕਾਂ ਕਨਫੀਡੈਂਟ ਚੜੀ ਲੈ ਜਾਣਗੇ ਹਾਂ ਇਸ ਤੋਂ ਦੀ ਹਲਾਜੇ ਬਣ ਗਈ ਸੀ ਬਣ ਗਈ ਸੀ ਹਾਂ ਕਿਸੇ ਵੇਲੇ ਜਦੋਂ ਇਹ ਗਿਣਤੀ ਚੱਲ ਹੀ ਰਹੀ ਸੀ ਜੀ ਤਾਂ ਜਿਹੜੇ ਦੁਸ਼ਾਂਤ ਟਟਾਲ ਆਏ ਡਿਪਟੀ ਸੀਐਮ ਬਣੇ ਨੇ ਹੁਣ ਮਤਲਬ ਬਣੇ ਨੇ ਉਪ ਮੁੱਖ ਮੰਤਰੀ ਬਣੇ ਨੇ ਉਹਨਾਂ ਦਾ ਇੱਕ ਟਾਕਸ਼ ਸੀਗਾ ਤੰਜ ਜਿਹਨੂੰ ਕਹਿੰਦੇ ਆ ਜੀ ਦੀ ਵਿੱਚ ਉਹਨੇ ਇੱਕ ਆਪਣੀ ਭਾਸ਼ਾ ਤੰਜ ਕੱਸਿਆ ਤੰਜ ਕੱਸਿਆ ਕਿਸੇ ਨੇ ਕਿਹਾ ਜੀ ਕਿ ਭਾਜਪੀ ਦਾ ਕਹਿੰਦੀ ਸੀ ਵੀ 75 ਸੀਟਾਂ ਲੈ ਕੇ ਜਾਵਾਂਗੇ 75 ਉਹਨੂੰ ਆਉਣ ਦੀ ਆਸ ਲੱਗੀ ਤੁਹਾਨੂੰ ਕਹਿੰਦਾ 75 ਤੋਂ ਬਾਅਦ ਕੀ ਬਾਤ ਆ ਰਹੀ ਉਹ ਤਾਂ ਜਮਨਾ ਵੀ ਪਾਰ ਜਮਨਾ ਨਹੀਂ ਪਾਰ ਕੀ ਇਹ ਵੀ ਤੋ ਅਭੀ ਤੋ ਜਮਨਾ ਤੋਂ ਪਾਰ ਕਰਨੇ ਦੋ ਠੀਕ ਹੈ ਤੋ ਉਹਨਾਂ ਨੇ ਇੱਕ ਉਸ ਤਰ੍ਹਾਂ ਦਾ ਤੰਜ ਕੱਸਿਆ ਤੰਜ ਕੱਸਿਆ ਸੀ ਟਾਕਸ਼ ਕੱਸਿਆ ਸੀ ਵਿੰਗ ਕੀਤਾ ਸੀ ਖੱਟਰ ਸਾਹਿਬ ਤੇ ਪਰ ਬਾਅਦ ਵਿੱਚ ਉਹੀ ਅਸੀਂ ਕਾਈ ਪਾਈ ਗਣ ਕਦਮ ਤਾਲ ਇਕੱਠੇ ਜਗਰ ਦੇ ਦੇਖੇਗੇ ਖੱਟਰ ਸਾਹਿਬ ਤੇ ਦਿਸ਼ਾਂਤ ਟਿਆ ਲਾ ਤਾਂ ਹੋਇਆ ਇਹ ਕਿ ਬੀਜੇਪੀ ਨੇ ਪੱਤੇ ਆਪਣੇ ਜਦੋਂ ਉਹਨੂੰ ਪਤਾ ਲੱਗਿਆ ਵੀ ਸਾਡੇ ਕੋਲੇ ਪੂਰੀਆਂ ਸੀਟਾਂ ਨਹੀਂ ਸਾਨੂੰ ਆ ਰਹੀਆਂ ਤਾਂ ਉਹਨਾਂ ਨੇ ਪੱਤੇ ਆਪਣੇ ਬੜੇ ਢੰਗ ਨਾਲ ਖੇਲੇ ਜੀ ਕਹਿੰਦੇ ਕਿਹਾ ਜਾ ਰਿਹਾ ਕਿ ਖੁਸ਼ ਖੁਦ ਜਿਹੜੇ ਆਪਣਾ ਪ੍ਰਧਾਨ ਮੰਤਰੀ ਹੈ ਉਹਨਾਂ ਨੇ ਵੀ ਫੋਨ ਕੀਤਾ ਨਰਿੰਦਰ ਮੋਦੀ ਹੋਰਾਂ ਨੇ ਵੀ ਨਰਿੰਦਰ ਮੋਦੀ ਨੇ ਸ਼ਾਂਤ ਨਾਲ ਗੱਲ ਕੀਤੀ ਕਹਿੰਦੇ ਸ਼ਾਇਦ ਰਿਜ਼ਲਟ ਤੋਂ ਪਹਿਲਾਂ ਉਹਨੂੰ ਪਤਾ ਸੀ ਕਿ ਸਾਡੀ ਸਥਿਤੀ ਸ਼ਾਇਦ ਜਿੰਨੀ ਅਸੀਂ ਸੋਚ ਰਹੇ ਸੀ ਬੰਦਾ ਉਹ ਨਹੀਂ ਹੋਏਗੀ ਹੋ ਸਕਦਾ ਵੀ ਸਾਨੂੰ ਸਰਕਾਰ ਮਨ ਵਾਲੀ ਕੋਈ ਨਾ ਕੋਈ ਮਦਦ ਦੇ ਦੋੜ ਪਾਵੇ ਇਹ ਉਹਨਾਂ ਨੇ ਪਹਿਲਾਂ ਆਪਣਾ ਇਸ ਹੋਂ ਦਾ ਇੱਕ ਕੰਮਕਾਰ ਸ਼ੁਰੂ ਕਰਤਾ ਸੀ ਇਹ ਪਤਾ ਲੱਗਿਆ ਹਾਲਾਂਕਿ ਦੀ ਕੋਈ ਆਪਾਂ ਪੁਸ਼ਟੀ ਨਹੀਂ ਪੁਸ਼ਟੀ ਨਹੀਂ ਕਰ ਸਕਦੇ ਆਪਾਂ ਪਰ ਚਰਚਾ ਮਾਰੀ ਚਰਚਾ ਸੀ ਕਿ ਤੁਸੀਂ ਭਾਈ ਜੋ ਤੁਹਾਨੂੰ ਚਾਹੀਦਾ ਹੋਇਆ ਅਸੀਂ ਤੁਹਾਨੂੰ ਦੇਣ ਨੂੰ ਤਿਆਰ ਆ ਤੁਸੀਂ ਵਿਕਾਸ ਤੇ ਕਿੰਨਾ ਪੈਸਾ ਲਗਾਉਣਾ ਹੈ ਤੁਸੀਂ ਕਿਹੜੇ ਕਿਹੜੇ ਕੰਮ ਆਪਣੇ ਮੂਰੇ ਲਿਆਉਣੇ ਆ ਉਹ ਸਭ ਨੂੰ ਦੱਸੋ ਲਿਸਟ ਬਣਾ ਦਿਓ ਕਿਹਨੂੰ ਮੰਤਰੀ ਬਣਾਉਣਾ ਹੈ ਹਾਂ ਕਿਹਨੂੰ ਮੰਤਰੀ ਬਣਾਉਣਾ ਅਸੀਂ ਤੁਹਾਡਾ ਉਹ ਕੰਮ ਕਰ ਦਿਆਂਗੇ ਪਰ ਤੁਸੀਂ ਸਾਡੇ ਨਾਲ ਸਾਨੂੰ ਸਾਡੇ ਨਾਲ ਆਜੋ ਇਹ ਕਹਿੰਦੇ ਇੱਕ ਦਿਨ ਪਹਿਲਾਂ ਹੀ ਗੱਲ ਹੋਣ ਦੀ ਠੀਕ ਹੈ ਉਸ ਤੋਂ ਬਾਅਦ ਫਿਰ ਜਦੋਂ ਰਿਜ਼ਲਟ ਆਉਣੇ ਸ਼ੁਰੂ ਹੋਏ ਤਾਂ ਇੱਕ ਪੱਤੇ ਇਹਨਾਂ ਨੇ ਵੀ ਖੇਡਿਆ ਆਪਣਾ ਹੁੱਡਾ ਸਾਹਿਬ ਨੇ ਉਹਨੇ ਕਹੇ ਪੰਹ ਦੀ 10ਾਂ ਦੇ ਦਸੀ ਮੰਤਰੀ ਬਣ ਜਾਣ ਹਾਂ ਤੇ ਮੁੱਖ ਮੰਤਰੀ ਵੀ ਕਹਿੰਦੇ ਹਾਂ ਮੁੱਖ ਹਾਂ 10ਾਂ ਦੇ ਦਸੀ ਮੰਤਰੀ ਮਤਲਬ ਉਹਦਾ ਮਤਲਬ ਸੀ ਕਿ ਪੰਹ ਦਾ ਜਿੰਨੇ ਵੀ ਜੀਪੀ ਦੇ ਜਿੱਤਣਗੇ ਸਾਰੇ ਸਾਰੇ ਮੰਤਰੀ ਬਣ ਜਾਣ ਸਾਰੇ ਬਣ ਜਾਣ ਹਾਂ ਮੁੱਖ ਮੰਤਰੀ ਦਾ ਉਹਦਾਂ ਨਾਲ ਮੁੱਖ ਮੰਤਰੀ ਨੂੰ ਕੁਝ ਵੀ ਲੈਣਾ ਚਾਹੁੰਦਾ ਹੈ ਉਹਨਾਂ ਨੇ ਚਾਹੁੰਦੇ ਨੇ ਉਹ ਲੈ ਪਰ ਉਹ ਚੱਲੀ ਨਹੀਂ ਗੱਲ ਤੇ ਥੋੜੀ ਅੰਕੜੇ ਜਾਦੇ ਘੱਟ ਸੀ ਨਾ ਥੋੜੇ ਜਿਹਾ ਹਾਂ ਉਹਨਾਂ ਦੀ ਗੱਲ ਨਹੀਂ ਚੱਲੀ ਹੁਣ ਦੇਖੋ ਵੀ ਜ ਜੀਪੀ ਨੇ ਸਾਰੀ ਜਿਹੜੀ ਕੈਂਪੇਨ ਸੀ ਉਹਦੇ ਵਿੱਚ ਬੀਜੇਪੀ ਨੂੰ ਭੰਡਿਆ ਭੰਡਿਆ ਹੂੰ ਪੂਰੀ ਤਰ੍ਹਾਂ ਭੰਡਿਆ ਕਾਂਗਰਸ ਨੇ ਭੰਡਿਆ ਕੱਲਾ ਬੀਜੇਪੀ ਇੰਨੀ ਮਤਲਬ ਵੀ ਬੀਜੇਪੀ ਨੇ ਭੰਡਿਆ ਇਵਨ ਪ੍ਰਧਾਨ ਮੰਤਰੀ ਤੇ ਵੀ ਚੋਟ ਕੀਤੀ ਬਿਲਕੁਲ ਉਹਦੀਆਂ ਕਈ ਭਾਸ਼ਣਾਂ ਇਸ ਤਾਂ ਦੇ ਹੈਗੇ ਦਾਦਾ ਸਾਹਿਬ ਦੇ ਆਪਣ ਦਸ਼ਾ ਚਾਹਲਾ ਦੇ ਹੂੰ ਕਿ ਉਹਨਾਂ ਨੂੰ ਕਾਫੀ ਉਹਨਾਂ ਨੇ ਨੁਕਤਾਚੀਨੀ ਕੀਤੀ ਕੀਤੀ ਹੈ ਇਹ ਮੰਡੇਟ ਵੀ ਜਿਹੜਾ ਸੀਗਾ ਤਕਰੀਬਨ ਨੂੰ ਲੱਗ ਰਿਹਾ ਹੈ ਜੋ ਦੇਖਣ ਨੂੰ ਸਾਹਮਣੇ ਆ ਰਹੇ ਗਾ ਕਿ ਇਹ ਹੈ ਬੀਜੇਪੀ ਦੇ ਅਸਲ ਵਿੱਚ ਸਰਕਾਰ ਦੇ ਉਲਟ ਮੈਂ ਉਲਟ ਬਿਲਕੁਲ ਮੇਰਾ ਮੰਨਣਾ ਕਿ ਜਿਹੜੀ ਜਜਪਾ ਨੂੰ ਵੋਟ ਹੈ ਉਹ ਜਿਹੜੇ ਲੋਕ ਕਾਂਗਰਸ ਨਾਲ ਵੀ ਨਹੀਂ ਜਾਣਾ ਚਾਹੁੰਦੇ ਸੀ ਔਰ ਬੀਜੇਪੀ ਤੋਂ ਵੀ ਔਖੇ ਸੀ ਔਰ ਚਟਾਲਾ ਪਰਿਵਾਰ ਦੀ ਪੁਰਾਣੀ ਰਾਜਨੀਤੀ ਤੋਂ ਔਖੇ ਹੋਏ ਇਸ ਨੌਜਵਾਨ ਨਾਲ ਆਏ ਸੀ ਬਿਲਕੁਲ ਉਹ ਸਾਰਿਆਂ ਨੂੰ ਨਕਾਰ ਕੇ ਇਹਨਾਂ ਨਾਲ ਆਏ ਬਿਲਕੁਲ ਬਿਕਾਏ ਦੇਖੋ ਵੀ ਉਹਨਾਂ ਨੇ ਈਵਨ ਪ੍ਰਧਾਨ ਤੱਕ ਹਰਾਇਆ ਜੀ ਜੀਪੀ ਦੇ ਇੱਕ ਬੰਦੇ ਨੇ ਜਿਹੜਾ ਕਾਂਗਰਸ ਪਾਰਟੀ ਦਾ ਪ੍ਰਧਾਨ ਅ ਨਾ ਬੀਜੇਪੀ ਦਾ ਪ੍ਰਧਾਨ ਬਰਾਲਾ ਬਰਾਲਾ ਸੁਆਸ਼ਪੁਰ ਸੁਆਸ਼ਪੁਰ ਵਾਲਾ ਸੁਆਸ਼ਪੁਰ ਬਿਲਕੁਲ ਉਹਨੂੰ ਵੀ ਹਰਾਇਆ ਇਹ ਹਰਾਇਆ ਵੀ ਚੰਗੀਆਂ ਵੋਟਾਂ ਚੰਗੀਆਂ ਵੋਟਾਂ ਦੇ ਚੰਗੀਆਂ ਵੋਟਾਂ ਨੇ ਇਸ ਤਰ੍ਹਾਂ ਹੋਰ ਬੀਜੇਪੀ ਦੇ ਨੇ ਚੰਗੇ ਸਟਾਰ ਵਰਡ ਸੀਗੇ ਉਹ ਵੀ ਹਾਰੇ ਨੇ ਜੁਗੇਸ਼ਵਰ ਦਸਤ ਹਾਰੇ ਆ ਸਾਥ ਕਾਂਗਰਸ ਦੀ ਫੋਗਟ ਹਰੀ ਕਾਂਗਰਸ ਦਾ ਰਣਦੀਪ ਸੁਰਜੇਵਾਲ ਹਾਰਿਆ ਇੱਕ ਪੈਮਾਨਾ ਸਾਡੇ ਕੋਲ ਬੜਾ ਸਿੱਧਾ ਹੈਗਾ ਕਿ ਜਦੋਂ ਕਿਸੇ ਸਰਕਾਰ ਦੇ 10 ਚੋਂ 8 ਮੰਤਰੀ ਹਾਰ ਜਾਣ ਇਹਦਾ ਮਤਲਬ ਹੈ ਕਿ ਮੰਡੇਟ ਉਸ ਸਰਕਾਰ ਦੇ ਖਿਲਾਫ ਲੋਕਾਂ ਦਾ ਇਹ ਇੱਕ ਬੜੀ ਸਿੱਧੀ ਬੇਸਪਾਸਟ ਧਾਰਨਾ ਹੈ ਐਮ ਐਲ ਏ ਕਿੰਨੇ ਜਿੱਤੇ ਨਹੀਂ ਜਿੱਤੇ ਉਹ ਇੱਕ ਵੱਖਰੀ ਗੱਲ ਹੈ ਮੰਤਰੀ ਮੰਡਲ ਹਾਰ ਜਵੇ ਜਿਹੜੇ ਉਹਦੇ ਸਿਰ ਦੇ ਮੰਤਰੀ ਸੀਗੇ ਉਹ ਹਾਰ ਗਏ ਕਹਿੰਦੇ ਆਪਣਾ ਜਿਹੜਾ ਪਹਿਲੇ ਪ੍ਰਧਾਨ ਰਿਆ ਸੀ ਬੀ ਜੀ ਪੀ ਦਾ ਇਹ ਮੇਰਾ ਮੇਰਾ ਤਾਂ ਮੰਨਣਾ ਇਹ ਹੈ ਕਿ ਤੁਸੀਂ 10 ਚੋਂ 8 ਕਹਿ ਰਹੇ ਹੋ ਮੈਨੂੰ ਲੱਗਦਾ ਕਿ 9 ਚੋਂ 8 ਹਾਰ ਗਏ ਕਿਉਂਕਿ ਅਨਿਲ ਵਿੱਚ ਤਾਂ ਪਹਿਲਾਂ ਹੀ ਵੱਖਰਾ ਸੀ ਹਾਂ ਉਹਦਾ ਸੁਰੇਨ ਨਾਲ ਕਦੇ ਮਿਲੀ ਹੀ ਨਹੀਂ ਤੁਸੀਂ ਕਹਿ ਸਕਦੇ ਹੋ ਕਿ ਉਹ ਵੱਖਰੀ ਸੋਰਾ ਉਹਦਾ ਬਾਗੀ ਸੁਰਾ ਉਹਦੀ ਉਹ ਬਾਗੀ ਸੁਰਾ ਉਹਨਾਂ ਨੇ ਆਪਣਾ ਹੀ ਆਪਣਾ ਦਮਦਗਦਮ ਆਪਣਾ ਵਰਤਾਓ ਆਪਣਾ ਵਰਤਾਰਾ ਹੈ ਇਸ ਲਈ ਇਹਨਾਂ ਤਾਂ ਨੌਜੋ ਅਠ ਾਰਗੇ ਨੌਜੋ ਅਠ ਾਰਗੇ ਤੁਸੀਂ ਕਹਿ ਸਕਦੇ ਹੋ ਗੱਲ ਬਿਲਕੁਲ ਠੀਕ ਹੈ ਤੁਹਾਡੀ ਗੱਲ ਵਾਜਬ ਹੈ ਤਾਂ ਜਦੋਂ ਜਦੋਂ ਇੱਕ ਸਰਕਾਰ ਦੇ ਦਸਾਂ ਜੋ ਅੱਠ ਮੰਤਰੀ ਹਾਂ ਆ ਜਾਣਾ ਇਹਦਾ ਮਤਲਬ ਹੈ ਕਿ ਮੰਡੇਟ ਲੋਕਾਂ ਦਾ ਜਿਹੜਾ ਆਖਤਵਾ ਹੈ ਉਹ ਸਰਕਾਰ ਦੇ ਬਿਲਕੁਲ ਖਿਲਾਫ ਹੈ ਤੇ ਜਾਂ ਮਤਲ ਇਹ ਬੜੀ ਸਪਸ਼ਟ ਗੱਲ ਹੁਣ ਹੋ ਗਈ ਹੈ ਜੀ ਉਹ ਕਹਿੰਦੇ ਵੀ ਇੱਕ ਗਰਾਸਮਾਨ ਦਾ ਗਾਣਾ ਤੁਸੀਂ ਸੁਣੀ ਹੈਗਾ ਵੀ ਆਵੇਂ ਕਿਸੇ ਹੋਰ ਨਾਲ ਜਾਵੇਂ ਕਿਸੇ ਹੋਰ ਨਾਲ ਬੱਲੇ ਉਹ ਚਲਾਕ ਬੱਲੇ ਉਹ ਚਲਾਕ ਸੱਜਣਾ ਇਹ ਜੱਜ ਪਾਲ ਨੇ ਤਾਂ ਇਹ ਕੀਤੀ ਵੀ ਆਏ ਕਿਸੇ ਨਾਲ ਹੋਰ ਨਾਲ ਗਏ ਕਿਸੇ ਹੋਰ ਚੜ ਗਏ ਹੋਰ ਗੱਡੀ ਗਏ ਸੋ ਚੜ ਗੱਡੀ ਹੋਰ ਗਏ ਨੇ ਹੁਣ ਇਹ ਹੋ ਰਿਹਾ ਹੈ ਕਿ ਡਿਪਟੀ ਮੁੱਖ ਮੰਤਰੀ ਬਣ ਗਏ ਨੇ ਉਹ ਨਾਲ ਇੱਕ ਅਦਾ ਮੰਤਰੀ ਹੋ ਸ਼ਾਇਦ ਬਣ ਜਾਏਗਾ ਮਤਲਬ ਉਹ ਬਣ ਜਾਏਗਾ ਤੇ ਉਹਦੇ ਚ ਕੀ ਕਰਨਗੇ ਹੁਣ ਮੈਨੂੰ ਸਮਝ ਨਹੀਂ ਆ ਰਹੀ ਮੈਂ ਇੱਕ ਮੈਂ ਇੱਕ ਹੋਰ ਮਸਲੇ ਤੋਂ ਮੜਾ ਜਿਹਾ ਸੁਣਾ ਚਾਹਨਾ ਜਿੱਦਣ ਨਤੀਜੇ ਆਏ ਉਸ ਦਿਨ ਹਲੇ ਮਤਲਬ ਜੋੜ ਤੋੜ ਪਤਾ ਲੱਗਿਆ ਸੀ ਜੋੜ ਤੋੜ ਦੀ ਲੋੜ ਪੈਣੀ ਆ ਸੋਸ਼ਲ ਮੀਡੀਆ ਤੇ ਇੱਕ ਬਹੁਤ ਚਰਚਾ ਚੱਲ ਰਹੀ ਸੀ ਉਹ ਮਤਲਬ ਕਿ ਨਾ ਦੀਵਾਲੀ ਨੂੰ ਲੈ ਕੇ ਇੱਕ ਤਿਹਾਰ ਹੁੰਦਾ ਉਹਦਾਂ ਨੂੰ ਖਰੀਦੋ ਪਰੋਖਤ ਕਰਦੇ ਆ ਲੋਕ ਭਾਂਡੇ ਧੰਨ ਤੇਰਸ ਧੰਨ ਤੇਰਸ ਧੰਨ ਤੇਰਸ ਉਹ ਸੋਸ਼ਲ ਮੀਡੀਆ ਤੇ ਕਮੈਂਟ ਚੱਲ ਰਿਹਾ ਸੀ ਕਿ ਧੰਨ ਤੇ ਇਸ ਨੂੰ ਲੋਕ ਸੋਨਾ ਖਰੀਦਣਗੇ ਭਾਂਡੇ ਖਰੀਦਣਗੇ ਘਰ ਦੀਆਂ ਚੀਜ਼ਾਂ ਖਰੀਦਣਗੇ ਤੇ ਅਮਿਤ ਸ਼ਾਹ ਕਹਿੰਦੇ ਐਮ ਐਲ ਏ ਖਰੀਦਣਗੇ ਆ ਇਸ ਤਰ੍ਹਾਂ ਨਹੀਂ ਕਰਦੀ ਬੜੀ ਬੜੀ ਚਰਚਾ ਚੱਲਦਾ ਸੀ ਫੇਸਬੁਕ ਤੇ ਮੇਰਾ ਸਵਾਲ ਮੇਰਾ ਸਵਾਲ ਹੈ ਇੱਥੇ ਸੀਰੀਅਸ ਨਾਲ ਇਹ ਹੈ ਕਿ ਤਰੇਲ ਸਾਹਿਬ ਇਹਨਾਂ ਨੂੰ ਲੋਡ ਹੈਗੀ ਸੀ ਸਿਰਫ 6 ਕ ਐਮ ਐਲ ਏ ਦੀ 46 ਐਮ ਐਲ ਏ ਚਾਹੀਦੇ ਸੀ 40 ਇਹਨਾਂ ਕੋਲ ਹੈਗੇ ਸੀ 7 ਆਜ਼ਾਦ ਜਿੱਤੇ ਸੀ ਪਹਿਨਾ ਆਜ਼ਾਦ ਨੂੰ ਲੱਗਿਆ ਕਿ ਜਜਬਾ ਨਾਲ ਤਾਂ ਜਾ ਨਹੀਂ ਸਕਦੇ ਸਾਡਾ ਮੁੱਲ ਪੈਣਾ ਫਿਰ ਜਦੋਂ ਜੱਜਪਾਣ ਆ ਲਾਗੇ ਫਿਰ ਉਹਨਾਂ ਨੂੰ ਲੱਗਿਆ ਕਿ ਆਜ਼ਾਦ ਦਾ ਮੁੱਲ ਨਹੀਂ ਪੈਣਾ ਹੁਣ ਤਾਂ ਜੱਜਪਾ ਦਾ ਮੁੱਲ ਪੈ ਗਿਆ ਪਰ ਮੈਨੂੰ ਲੱਗਦਾ ਇਹਨਾਂ ਨੇ ਦੋਵੇਂ ਸੈੱਟ ਕਰ ਲਏ ਨਹੀਂ ਜਿਹੜੀ ਆਪਾਂ ਗੱਲ ਪਹਿਲਾਂ ਕਰ ਰਹੇ ਸੀ ਉਹ ਇਹ ਸੀ ਕਿ ਬੀਜੇਪੀ ਨੇ ਪੱਤੇ ਬੜੇ ਢੰਗ ਨਾਲ ਖੇਲੇ ਜੀ ਉਹਨਾਂ ਨੇ ਪਹਿਲਾਂ ਸਾਰੇ ਜਿਹੜੇ ਆਜ਼ਾਦ ਸੀ ਕਾਬੂ ਕਰ ਲਏ ਉਧਰ ਨਹੀਂ ਜਾਣ ਦਿੱਤੇ ਉਧਰ ਜਾਣ ਨਹੀਂ ਦਿੱਤੇ ਉਹਨਾਂ ਆਏ ਸੀ ਵੀ ਕਿਤੇ ਇਹ ਆਜ਼ਾਦ ਤੇ ਕਿਨੇ ਆਪਣਾ ਜੱਜਪਾ ਮਿਲ ਕੇ ਜੱਜਪਾ ਤੇ ਨਾਲ ਕਾਂਗਰਸ ਮਿਲ ਕੇ ਤੇ ਉਧਰ ਘੜਾ ਹੋਣਾ ਹੋ ਜੇ ਉਹਨਾਂ ਨੇ ਨਾਲ ਦੀ ਨਾਲ ਸ਼ਾਮ ਨੂੰ ਉਸੇ ਸ਼ਾਮੀ ਜਿਹੜਾ ਜਹਾਜ਼ ਪੇਜ ਕਿਸੇ ਨੂੰ ਕੁਝ ਕਰ ਉੱਥੇ ਲੈ ਗਏ ਉਸ ਤੋਂ ਬਾਅਦ ਇਹਨਾਂ ਦੇ ਵੀ ਪ੍ਰੈਸ਼ਰ ਬਣ ਗਿਆ ਕਿ ਸਾ ਉਥੋਂ ਲਾ ਉਹਨਾਂ ਤੋਂ ਐਲਾਨ ਕਰਾਤਾ ਸਾਰਿਆਂ ਤੋਂ ਕਿ ਅਸੀਂ ਸਮਰਥਨ ਅਸੀਂ ਦਾ ਸਮਰਥਨ ਵੀ ਸ਼ਾਮਿਲ ਹੋ ਰਹੇ ਹਾਂ ਸ਼ਾਮਿਲ ਹੋ ਰਹੇ ਹਾਂ ਉਹ ਜਦੋਂ ਐਸਰ ਦਾ ਐਲਾਨ ਹੋ ਗਿਆ ਉਸ ਤੋਂ ਬਾਅਦ ਕਿਨੇ ਫਿਰ ਜੱਜਪਾ ਨੂੰ ਵੀ ਲੱਗਿਆ ਕਿ ਹੁਣ ਤਾਂ ਸਾਡੇ ਹੱਥ ਕੁਝ ਨਹੀਂ ਹੋਣਾ ਸਾਡੇ ਹੱਥ ਕੁਝ ਨਹੀਂ ਹੋਣਾ ਵੀ ਇਹ ਸਰਕਾਰ ਬਣ ਗਈ ਹੋ ਸਕਦਾ ਹੈ ਕਿ ਉਹਨੂੰ ਜੱਜਪਾ ਦਾ ਕੁਝ ਨਾ ਰਹੇ ਹੂੰ ਇਹ ਸਾਡੀ ਸਿਆਸਤ ਹੈ ਨਾ ਸਾਡੀ ਸਿਆਸਤ ਵਿੱਚ ਇਹ ਨਹੀਂ ਪਤਾ ਵੀ ਜੱਜਪੁਰ ਦੇ ਦਿਨ ਹੀ ਰਹਣਾ ਅਖੀਰ ਚ ਜਾਂ ਕੱਲੇ ਤੋਂ ਸ਼ਾਂਤੀ ਰਹਣਾ ਬਾਕੀ ਨਾ ਹੋਣਾ ਜਿਵੇਂ ਹੋਰ ਸੁੱਬਿਆਂ ਚ ਖਰੀਦਦੇ ਨੇ ਜਿਵੇਂ ਹੋਰ ਸੁੱਬਿਆਂ ਚ ਚੱਲਦਾ ਰਿਹਾ ਇਸ ਤਰ੍ਹਾਂ ਵਰਤਾਰਾ ਹਰਿਆਣੇ ਚ ਚੱਲਿਆ ਹਰਿਆਣੇ ਦੀ ਆਪਾਂ ਨੂੰ ਪਤਾ ਹੈ ਪਿੱਛੇ ਕਿੰਨੇ ਕਿੰਨੇ ਖਰੀਦਦੇ ਨੇ ਕਿੰਨੇ ਕਿੰਨੇ ਬੰਦੇ ਭੱਜੇ ਨੇ ਕਿੰਨੇ ਚਲੇ ਗਏ ਨੇ ਕਿੰਨੇ ਹੋਰ ਪਾਣੀ ਚਲੇ ਗਏ ਨੇ ਮੌਜੂਦਾ ਐਮਐਲਏ ਗਏ ਨੇ ਚਟਾਲਿਆਂ ਦੇ ਗਏ ਨੇ ਬਿਲਕੁਲ ਸੋ ਉਹਨਾਂ ਨੂੰ ਇਹ ਵੀ ਡਰ ਸੀ ਕਿ ਯਾਰ ਜੇ ਇਹਨਾਂ ਦੀ ਸਰਕਾਰ ਬਣ ਗਈ ਬੀਜੇਪੀ ਦੀ ਸਾਡੇ ਵੀ ਨਾ ਭੱਜਣਾ ਸਾਡੇ ਕਿਤੇ ਪੰਜ ਸੱਤ ਬੰਦੇ ਨਾ ਭੱਜ ਜਾਣਾ ਵਿੱਚ ਜਾ ਕਿ ਯਾਰ ਆਪਾਂ ਹੁਣ ਇਹਨਾਂ ਨਾਲ ਤੋਂ ਬਿਨਾਂ ਆਪਾਂ ਨੂੰ ਸਰਨਾ ਨਹੀਂ ਦੂਜਾ ਤੁਹਾਨੂੰ ਪਤਾ ਵੀ ਕੇਸ ਵੀ ਹੈਗੇ ਨੇ ਜਿਹੜੇ ਅੱਜ ਜਟਾਲਾ ਜੀ ਨੇ ਉਹਨਾਂ ਦੀ ਫਰਲੋ ਦੀ ਨਾਲ ਦੀ ਨਾਲ ਪੈ ਰੋਲ ਉਹਨਾਂ ਨੂੰ ਮਿਲ ਗਈ ਹੈ ਉਧਰ ਸਮਰਥਨ ਦਾ ਐਲਾਨ ਹੁੰਦਾ ਉਹਨਾਂ ਦਾ ਫਰਮ ਹਾਲ ਤਿਆਰ ਹੋਈ ਘੰਟੀ ਵੱਜ ਪਰ ਉਸ ਸਟੇਜ ਤੇ ਆਰਡਰ ਹੋ ਗਏ ਤੇ ਉਹ ਆਏ ਵੀ ਉਹਨਾਂ ਨੇ ਸਟੇਜ ਤੇ ਸੀਗੇ ਹਾਂ ਉਹਨਾਂ ਨੇ ਬਿਆਨ ਵੀ ਦਿੱਤੇ ਉਹਨਾਂ ਨੇ ਬਿਆਨ ਵੀ ਮੈਨੂੰ ਇਦ ਵੱਡੀ ਖੁਸ਼ੀ ਕੀ ਹੋ ਸਕਦੀ ਹੈ ਕਿ ਮੇਰਾ ਜਵਾਬ ਕਹਿੰਦਾ ਕਿ ਮੇਰਾ ਬੇਟਾ ਉਪ ਮੁੱਖ ਮੰਤਰੀ ਬਣ ਰਿਹਾ ਮਕਉਂਤਰੀ ਬਣ ਗਿਆ ਜਾਂ ਉਪ ਪ੍ਰਧਾਨ ਉਹ ਬਣ ਗਿਆ ਡਿਪਟੀ ਸੀਐਮ ਬਣ ਗਿਆ ਸੋ ਤੁਸੀਂ ਦੇਖੋ ਵੀ ਸਾਡੀ ਸਿਆਸਤ ਕਿੰਨੀ ਗੰਦ ਲੱਗੀ ਹੈ ਇੱਥੇ ਨਾ ਕੋਈ ਰੋਲ ਰਿਹਾ ਹੈ ਨਾ ਕੋਈ ਸੂਲ ਰਿਹਾ ਹੈ ਕੁਝ ਗਾਣੇ ਵੀ ਅੱਜ ਹਰਿਆਣੇ ਨੇ ਪਾਏ ਨੇ ਹਰਿਆਣੇ ਨੇ ਇਸ ਵਰਤਾਰੇ ਤੇ ਜਿਹੜਾ ਉਸ ਕੁਸ਼ ਉਤੇ ਬਾਪ ਰਿਹਾ ਹੈ ਉਹਦੇ ਕੁਝ ਗਾਣੇ ਵੀ ਪਾਏ ਨੇ ਤੁਸੀਂ ਦੇਖ ਲਓ ਹਿਸਾਬ ਲਾ ਲਓ ਵੀ ਹੁਣ ਸਾਡੇ ਲੋਕ ਕਰਨ ਕੀ ਹਾਂਜੀ ਪੰਮਾ ਤੁਸੀਂ ਪੰਜਾਬ ਲਾ ਲਓ ਪਮਾ ਤੁਸੀਂ ਹਰਿਆਣਾ ਲਾ ਲਓ ਪਮਾ ਤੁਸੀਂ ਜੂਪੀ ਲਾ ਲਓ ਪਾਂਦੀ ਕਿਤੇ ਹੋਰ ਸਭਾ ਕਰਨਾਟਕਾ ਚ ਕੀ ਹੋਇਆ ਬਿਲਕੁਲ ਮੈਂ ਉਹ ਉਹ ਸਾਰੇ ਮਸਲੇ ਤੇ ਜਾਣ ਤੋਂ ਪਹਿਲਾਂ ਇੱਕ ਗੱਲ ਹੋਰ ਜਾਨਣਾ ਚਾਹੁੰਨਾ ਤੁਹਾਡੇ ਤੋਂ ਕਿ ਜਿਹੜਾ ਇਹ ਹੁਣ ਤੁਸੀਂ ਗੱਲ ਕਰ ਰਹੇ ਹੋ ਕਿ ਸ਼ਾਇਦ ਇਸ ਲਈ ਜੱਜਪਾ ਨਾਲ ਆ ਗਈ ਕਿ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਸਾਡਾ ਬਾਦਚੋਂ ਕੁਝ ਬਚੇ ਨਾ ਜਾਂ ਸਾਡੇ ਐਮਐਲਏ ਨਾ ਚੱਲ ਜਾਣ ਕਿ ਹੁਣ ਬਚਣਗੇ ਕਿਉਂਕਿ ਜਿਹੋ ਜਿਹਾਂ ਭਾ ਜੀਪੀ ਦਾ ਪੂਰੇ ਦੇਸ਼ ਚ ਵਰਤਾਰ ਹੈ ਇਹ ਦੂਜੀਆਂ ਛੋਟੀਆਂ ਪਾਰਟੀਆਂ ਨੂੰ ਖਾਣ ਦਾ ਹਾਂ ਉਸ ਮਸਲੇ ਨੂੰ ਲੈ ਕੇ ਮੈਂ ਹਰਿਆਣਾ ਦੇ ਕੇਂਦਰਿਤ ਰੱਖ ਕੇ ਹਲੇ ਗੱਲ ਕਰ ਰਿਹਾ ਕਿ ਖਤਰਾ ਹੁਣ ਵੀ ਬੜਿਆ ਬਣਿਆ ਹੋਇਆ ਪੂਰੀ ਤਰ੍ਹਾਂ ਬਣਿਆ ਰਹੇਗਾ ਦੇਖੋ ਭਾਜਪਾ ਦੀ ਕੋਸ਼ਿਸ਼ ਇਹ ਰਹੇਗੀ ਹੂੰ ਬੀਜੇਪੀ ਦੀ ਕੋਈ ਸਾਰੀ ਇਹ ਰਹੇਗੀ ਕਿ ਇਹਨਾਂ ਚੋਂ ਕੁਛ ਨਾ ਕੁਛ ਬੰਦੇ ਪਰਮਾਨੈਂਟ ਸਾਡੇ ਨਾਲ ਆ ਜਾਣ ਪਮਾ ਉਹ ਆਜ਼ਾਦਾਂ ਚ ਆਇਆ ਆਜ਼ਾਦ ਜਿਹੜੇ ਬੰਦੇ ਉਹਨਾਂ ਚ ਆ ਜਾਣ ਪਮਾ ਉਹਨਾਂ ਚ ਆਜੇ ਹੁਣ ਅੱਜ ਦੋਏ ਪ੍ਰੈਸ਼ਰ ਦੋਏ ਗਰੁੱਪ ਦੋਏ ਗਰੁੱਪਾਂ ਦਾ ਤੋੜਤਾ ਪ੍ਰੈਸ਼ਰ ਗਰੁੱਪ ਨਾ ਆਜ਼ਾਦ ਦਾ ਰਿਹਾ ਨਾ ਜਸਪਾਲ ਦਾ ਰਿਹਾ ਕਿਉਂਕਿ ਉਹਨਾਂ ਨੂੰ ਬੰਦੇ ਸੱਤ ਚਾਹੀਦੇ ਨੇ ਹਾਂ ਉਹ ਬੰਦੇ ਉਹਨਾਂ ਕੋਲ 17 ਆ ਗਏ ਬੰਦੇ ਉਹਨਾਂ ਕੋਲ 17 ਆ ਗਏ ਉਸੇ ਸੱਤਾਂ ਬੰਦਿਆਂ ਨੂੰ ਉਹਨਾਂ ਦੀ ਲੋਡ ਜਿਹੜੀ ਹੈਗੀ ਉਹ ਪੂਰੀ ਕਰਨੀ ਚਾਹਣਗੇ ਆਪਣੇ ਕਿਨੱਕੇ ਸਟੇਜ ਦੇ ਉੱਤੇ ਤੇ ਹੁਣ ਦੇਖੋ ਵੀ ਅੱਜ ਇੱਕ ਚੱਲ ਰਹੀ ਹੈ ਆਪਣਾ ਟੀਵੀ ਚੈਨਲਾਂ ਤੇ ਚੱਲ ਰਹੀ ਹੈ ਗੱਲ ਜੀ ਕਿ ਜਿਹੜੀ ਦੋ ਮੰਤਰੀ ਤਾਂ ਇਹਨਾਂ ਨੂੰ ਦੇ ਰਹੇ ਇੱਕ ਡਿਪਟੀ ਸੀਐਮ ਹੋ ਗਿਆ ਇੱਕ ਹੋਰ ਮੰਤਰੀ ਦੇ ਰਹੇ ਨੇ ਕਹਿੰਦੇ ਵੀ ਤਿੰਨ ਆਜ਼ਾਦ ਨੂੰ ਵੀ ਮੰਤਰੀ ਬਣਾ ਰਹੇ ਨੇ ਹਾਂ ਉਹ ਤਾਂ ਪੱਕੇ ਆ ਗਏ ਨਾ ਹਾਂ ਤਿੰਨ ਆਜ਼ਾਦ ਨੂੰ ਹੀ ਮੰਤਰੀ ਬਣਾ ਰਹੇ ਇਹਦਾ ਮਤਲਬ ਹੈ ਕਿ ਉਦੋਂ ਆਜ਼ਾਦ ਦਾ ਰਾਹੀਂ ਜਿਹੜੇ ਆਧੇ ਉਮੀਦਵਾਰ ਨੇ ਇੰਡੀਪੈਂਡ ਉਹਨਾਂ ਰਾਹੀਂ ਪ੍ਰੈਸ਼ਰ ਜੱਜਪਾ ਦੇ ਬਣ ਗਿਆ ਜੱਜਪਾ ਦੇ ਪੈਸਾ ਪੈਂਦਾ ਰਹੂਗਾ ਜੱਜਪਾ ਕਿਸੇ ਹੋਣੇ ਵੀ ਇਹ ਜਿਹੇ ਕਦਮ ਨਹੀਂ ਚੁੱਕੇਗੀ ਕਿ ਕਿਹਦਾ ਉਹ ਖੱਟਰ ਸਰਕਾਰ ਨੂੰ ਕੋਈ ਥ੍ਰੈਟ ਪੈਦਾ ਕਰੇ ਹਾਂ ਕਿ ਸਾਡੇ ਕੋਲ ਸੱਤ ਹੈਗੇ ਹਾਂ ਜਾਂ ਕੋਈ ਬਾਂਬ ਰੋੜ ਕੇ ਕੰਮ ਨਹੀਂ ਲੈ ਜਦ ਨਹੀਂ ਲੈ ਸਕਦੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਤਿੰਨ ਬੰਦੇ ਨਾਲ ਕੋਈ ਪਹਿਲੇ ਹੈਗੇ 43 ਹੋ ਗਏ ਤਿੰਨ ਬੰਦੇ ਹੋਰ ਚਾਹੀਦੇ ਨੇ ਉਹ ਇਧਰੋਂ ਜਦੋਂ ਮਰਜ਼ੀ ਮੈਨੇਜ ਕਰ ਲਓ ਪੰਜ ਦਾ ਇਹਨਾਂ ਦੇ ਨੇ ਆਜ਼ਾਦ ਚ ਜਿੱਤੇ ਹੋਏ ਬਿਲਕੁਲ ਬਿਲਕੁਲ ਜਿਹੜੀ ਜਿਹੜੀ ਭਾਜੀ ਜਿਹੜੀ ਭਾਜੀ ਪੀ ਹੈ ਉਹਦਾ ਇੱਕ ਵੜਾ ਆਪਣਾ ਸ ਉਹਦਾ ਕਲੀਨ ਇਮੇਜ ਮਤਲਬ ਉਹ ਕਿਨੇ ਇੱਕ ਤਰ੍ਹਾਂ ਦਾ ਵੀ ਕਿਸੇ ਪਵਿੱਤਰ ਨਦੀ 'ਚ ਇਸ਼ਨਾਨ ਕਰ ਲੈਂਦਾ ਉਹ ਇਸ਼ਨਾਨ ਇਸ ਇਸ਼ਾਨਾਂ ਤੋਂ ਗੋਪਾਲ ਗਾਂਡਾ ਮੜਾ ਜਾ ਰਹਿ ਗਿਆ ਬਚ ਗਿਆ ਕਹਿੰਦੇ ਉਹ ਕਰਦਾ ਕਰਦਾ ਰਹਿ ਗਿਆ ਹਾਂ ਉਹ ਤੇ ਦੋਸ਼ ਬੜਾ سنگੀਨ ਸੀ ਜੇ ਕਿਤੇ ਪੈਸੇ ਟੱਕਦਾ ਦੋਸ਼ ਹੁੰਦਾ ਫੇਰ ਨਹੀਂ ਚੱਲ ਜਾਂਦਾ ਆਹ ਚੱਲ ਜਾਂਦਾ ਉਹ ਦੋਸ਼ ਬੜਾ ਜ਼ਿਆਦਾ سنگੀਨ ਉਹ ਨਾਲੇ ਉਸ ਦੋਸ਼ ਨੂੰ ਬੜਾ ਇਹਨਾਂ ਨੇ ਵੀ ਬਹੁਤ ਹਵਾ ਦਿੱਤੀ ਸੀ ਜਿਹੜੇ ਭਾਜੀਪੀ ਚ ਖੁੰਝੇ ਲੱਗੇ ਹੋਏ ਨੁੱਕਰੇ ਲੱਗੇ ਹੋਏ ਬੰਦੇ ਆ ਉਹਨਾਂ ਨੇ ਰੌਲਾ ਪਾਤਾ ਖੜੇ ਖੜੇ ਵੀ ਆਹ ਬੰਦਾ ਕਿੱਥੋਂ ਲੈ ਕੇ ਆ ਰਹੇ ਹੋ ਜੀ ਉਹਨਾਂ ਨੂੰ ਬੁਰਨ ਦਾ ਮੌਕਾ ਮਿਲ ਗਿਆ ਇਸ ਬੰਨੇ ਸੋ ਉਹ ਤਾਂ ਇਹ ਗੱਲ ਸੀ ਕਿ ਇਸ ਕਰਕੇ ਸਾਰਾ ਕੁਝ ਹੋਇਆ ਪਰ ਮੇਰੇ ਖਿਆਲ ਹੈ ਕਿ ਹੁਣ ਚਟਾਲਿਆਂ ਦੇ ਵੀ ਕਾਪੜੇ ਮਜਬੂਰ ਹੀ ਆ ਤੁਹਾਨੂੰ ਪਤਾ ਹੀ ਹੈ ਉਹਨਾਂ ਦੇ ਕੇਸ ਹੈਗੇ ਨੇ ਕੇਸ ਨੇ ਹਾਂ ਇੱਕ ਤਾਂ ਬਾਪ ਜੇਲ੍ਹ ਚ ਬੈਠ ਕਰਕੇ ਇਹਦਾ ਹੀ ਪਿਓ ਅੰਦਰ ਇੱਕ ਦਾਦਾ ਜੇਲ੍ਹ ਚ ਬੈਠਾ ਕੱਲ ਨੂੰ ਇੱਕ ਅਦਾ ਕੇਸ ਹੋਰ ਵੀ ਤਿਆਰ ਕਹਿੰਦੇ ਕਰ ਰਹੇ ਆ ਬੀਜਪੀ ਨੇ ਤਿਆਰ ਕਰਖਿਆ ਉਹ ਫਾਈਲ ਵੀ ਕਹਿੰਦੇ ਨੇ ਕੁਮਰੀ ਹੈ ਸਰਕਾਰੀ ਹਲਕਿਆਂ ਵਿੱਚ ਨਹੀਂ ਹੁਣ ਤੁਸੀਂ ਗੋਪਾਲ ਗੰਡਾ ਦੀ ਗੱਲ ਕਰ ਰਹੇ ਹੋ ਮਤਲਬ ਇਹ ਟੱਬਰ ਦੁੱਧੋ ਤਾਂ ਹੋ ਗਿਆ ਫਿਰ ਹੁਣ ਸਾਰੇ ਭ੍ਰਸ਼ਟਾਜਨ ਦੇ ਦੋਸ਼ ਮਾਫ ਹੋ ਗਏ ਨਾ ਕਿ ਤੁਸੀਂ ਦੇਖੋ ਸਹੀ ਮਤਲਬ ਵੀ ਆਸਲ ਵਿੱਚ ਸਿਆਸਤ ਵਿੱਚ ਹਿੰਦੁਸਤਾਨ ਦੀ ਸਿਆਸਤ ਵਿੱਚ ਜਾਂ ਸਾਡੇ ਦੇਸ਼ ਦੀ ਸਿਆਸਤ ਵਿੱਚ ਕਹੋ ਕਿ ਇੱਥੇ ਕੋਈ ਨਾਸੂ ਨਾ ਨਾ ਕੋਈ ਰੂਲ ਨਾ ਕੋਈ ਜ਼ਮੀਰ ਹੈ ਰੈਲਟੀ ਹੈ ਨਾ ਕੋਈ ਜ਼ਮੀਰ ਹੈ ਜਿੰਮੇ ਵੀ ਸਰਕਾਰ ਬਣਦੀ ਹੈ ਇੱਕ ਵਾਰੀ ਬਣਾ ਲਓ ਬਣਾ ਲਓ ਤੇ ਉਹ ਉਹ ਦੇਖੋ ਤੁਸੀਂ ਦੇਖੋ ਕਰਨਾਟਕ ਵਾਲੇ ਨੇ ਬਾਹਮ ਰੋਡ ਕਿਉਂ ਨਹੀਂ ਚੀ ਮਿਸਟਰੀ ਲਈਏ ਚੀ ਮਿਸਟਰੀ ਲਈਏ ਉਹਨੂੰ ਪਹਿਲਾਂ ਬਣਾਉਂਦੇ ਨਹੀਂ ਸੀ ਹੈਨਾ ਤੇ ਉਹ ਕਾਲਾਪ ਕਿੰਨਾ ਚੱਲ ਰਿਹਾ ਸੀ ਉਹ ਉਹ ਵੀ ਉਹ ਸਰਕਾਰ ਉਹਨਾਂ ਦੀ ਸਥਿਤੀ ਸੀ ਉਹਨਾਂ ਦਾ ਸਾਥ ਨਹੀਂ ਦਿੱਤਾ ਵੀ ਜਿਵੇਂ ਪਰ ਅਖੀਰ ਹੋਇਆ ਕਿ ਇਹ ਬਾਹਮ ਰੋਡ ਕਿਉਂ ਬਣ ਗਿਆ ਸੋ ਇੱਥੇ ਕੋਈ ਰੂਲ ਸੂਰ ਨਹੀਂਗਾ ਪਮਾ ਅਸੀਂ ਭਾਜੀਪੀ ਕਹਿੰਦੇ ਆ અપਮੰਦਿਆ ਲੋਕ ਇਹਦੇ ਕੋਈ ਰੂਲ ਸੂਰ ਥੋੜੇ ਨਾ 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 ਉਹਨਾਂ ਨਾਲ ਵੀ ਲੱਗ ਰਿਹਾ ਕਿ ਜਿਸ ਤਰ੍ਹਾਂ ਦੇ ਹਾਲਾਤ ਹਿਰਾਣੇ ਵਿੱਚ ਦੇਖੇ ਨੇ ਹੁਣ ਉੱਥੇ ਰੌਲਾ ਪਿਆ ਹੋਇਆ ਹੈ ਮਹਾਰਾਸ਼ਟਰ ਚ ਆਪਾਂ ਉਹਦੇ ਪਰ ਆਉਨੇ ਆਪਾਂ ਛੋਟਾ ਜਿ ਸਾਨੂੰ ਬਿਲਕੁਲ ਤਾਲੀਵਾਲ ਸਾਹਿਬ ਉਹਨਾਂ ਦਾ ਜਿਵੇਂ ਮੰਨਣਾ ਹੈ ਕਿ ਕੋਈ ਰੂਲ ਨਹੀਂ ਕੋਈ ਕਾਨੂੰਨ ਨਹੀਂ ਕੋਈ ਸਿਧਾਂਤ ਨਹੀਂ ਬੀਜੇਪੀ ਵੀ ਉਸੇ ਰਾਹ ਤੇ ਚੱਲੀ ਜਿਹੜੀ ਕਾਂਗਰਸ ਨੂੰ ਇਹਨਾਂ ਸਾਰੀਆਂ ਗੱਲਾਂ ਨਹੀਂ ਕਹਿੰਦੀ ਸੀ ਅੱਜ ਆਪ ਖੁਦ ਉਸੇ ਰਾਹ ਤੇ ਹੈ ਹਰਿਆਣਾ ਚ ਚੋਣਾਂ ਤੋਂ ਜਾਣ ਤੋਂ ਪਹਿਲਾਂ ਐਮਐਲਏ ਤੋੜਲੇ ਤੇ ਚੋਣਾਂ ਚ ਜਿੱਤਣ ਤੋਂ ਬਾਅਦ ਐਮਐਲਏ ਤੋੜਲੇ ਤੇ ਉੱਥੇ ਲੋਕਾਂ ਨਾਲ ਸਿੱਧਾ ਤੋਖਾ ਲੱਗਦਾ ਕਿ ਜਿਹੜੇ ਲੋਕਾਂ ਨੇ ਨਾ ਦੋਆਂ ਪਾਰਟੀਆਂ ਤੋਂ ਖਾਸ ਕਰ ਜਿਹੜੀਆਂ ਵੱਡੀਆਂ ਰਾਸ਼ਟਰੀ ਪਾਰਟੀਆਂ ਨੇ ਕਾਂਗਰਸ ਤੇ ਭਾਜਪਾ ਇਹਨਾਂ ਤੋਂ ਦੁਖੀ ਹੋ ਕੇ ਨਾ ਤੋਖੇ ਹੋ ਕੇ ਨੌਜਵਾਨ ਮੁੰਡੇ ਨੂੰ ਵੋਟਾਂ ਪਾਈਆਂ ਸੀ ਉਹ ਨੌਜਵਾਨ ਮੁੰਡਾ ਖੱਟਰ ਸਾਹਿਬ ਦੀ ਗੋਦੀ ਜਾ ਬੈਠਿਆ ਸੋ ਇਸ ਲਈ ਹਰਿਆਣਾ ਦੇ ਲੋਕਾਂ ਨਾਲ ਜਿਹੜਾ ਤੋਖਾ ਹੈ ਪਰ ਇਸ ਤੋਂ ਅਗਲਾ ਕਦਮ ਬੀਜੇਪੀ ਜਿਹੜੀ ਰਣਨੀਤੀ ਮਹਾਰਾਸ਼ਟਰ 'ਚ ਘੜ ਰਹੀ ਸੀ ਜਿਹਦੇ ਵੱਲ ਇਸ਼ਾਰਾ ਕਰਨ ਲੱਗੇ ਸੀ ਤਾਦੀয়াল ਸਾਹਿਬ ਆਪਾਂ ਰੋਕ ਲੈ ਕੇ ਬ੍ਰੇਕ ਤੋਂ ਬਾਦ ਲੈਣੇ ਆ ਤਾਂ ਕਿ ਤੁਸੀਂ ਵੀ ਸਾਡੇ ਨਾਲ ਜੁੜੇ ਰਹੋ ਰਾਜ ਵੀ ਅਸੀਂ ਖੋਲਣਾ ਤੇ ਉਸ ਤੋਂ ਬਾ ਕੀ ਪੰਜਾਬ ਦੇ ਵਿੱਚ ਅਕਾਲੀ ਦਲ ਨਾਲ ਹੁਣ ਭਾਜਪਾ ਜੁੜੀ ਰਹੇਗੀ ਹਾਂ ਹੁਣ ਭਾਜਪਾ ਦਾ ਸੁਰ ਜਿਹੜਾ ਹਵਾ ਕਰਨ ਲੱਗੇ ਸੀ ਪੰਜਾਬ ਦੇ ਵਿੱਚ ਕਿ ਉਹ ਸੁਰ ਨਰਮ ਹੋ ਜਾਏਗਾ ਕੱਲਿਆਂ ਹੋ ਕੇ ਲੜਨ ਦੀ ਜਿਹੜੀ ਚਰਚਾ ਸੀ ਉਹਨੂੰ ਕਿੰਨੀ ਕੁ ਠੱਲ ਪਈ ਆ ਇਹ ਸਾਰੇ ਮਸਲਿਆਂ ਤੇ ਵਿਚਾਰ ਕਰਾਂਗੇ ਇੱਕ ਜਮਾ ਛੋਟਾ ਜਿਹਾ ਬ੍ਰੇਕ ਬਸ ਗਏ ਤੇ ਆਏ ਤੁਸੀਂ ਜੁੜੇ ਰਹੋ ਵੀਜ਼ਨ ਪੰਜਾਬ ਟੀਵੀ ਦੇ ਨਾਲ ਵਿਜਨ ਪੰਜਾਬੀ ਦੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ ਵਿਚ ਇਕ ਕਰ ਤੋਂ ਫਿਰ ਸਵਾਗਤ ਹੈ ਜੀ ਲਓ ਹਰਿਆਣਾ ਤੋਂ ਬਾਹਰ ਆ ਕੇ ਥੋੜੀ ਜੀ ਮਹਾਰਾਸ਼ਟਰੀ ਗੱਲ ਤੇ ਖਾਸ ਗੱਲ ਪੰਜਾਬ ਦੀ ਫਿਰ ਕਰਦੇ ਆਂ ਪਾ ਤਾਲੀয়াল ਸਾਹਿਬ ਤੋਂ ਜਾਂਦੇ ਆਂ ਤਾਲੀয়াল ਸਾਹਿਬ ਹਰਿਆਣਾ ਚ ਤਾਂ ਹੋ ਗਿਆ ਜੋ ਹੋਣਾ ਸੀ ਮਹਾਰਾਸ਼ਟਰ ਚ ਅਜੇ ਪਿਆ ਮਹਾਰਾਸ਼ਟਰ ਕਹਿੰਦਾ ਸਿਵ ਸੈਨਾ ਆੜੀ ਆ ਕੈਂ ਨਹੀਂ ਗੱਲ ਬਣਦੀ ਸਾਨੂੰ ਅੱਧਾ ਦਾ ਦੋ ਢਾਈ ਸਾਲ ਤੁਸੀਂ ਰਾਜ ਕਰੋ ਢਾਈ ਸਾਲ ਅਸੀਂ ਕਰਾਂਗੇ ਪਰ ਲਿਖਤੀ ਦਿਓ ਜੇ ਪਹਿਲਾਂ ਤੁਸੀਂ ਕਰਨਾ ਤਾਂ ਅਗਲੇ ਢਾਈ ਸਾਲ ਤੁਹਾਨੂੰ ਲਿਖਤੀ ਦਿਓ ਕਿਤੇ ਇਹ ਨਾ ਹੋਵੇ ਕਿ ਕਾਂਗਰਸ ਮਾਂ ਕਾਂਗਰਸ ਪਹਿਲਾਂ ਪਾਰਟੀਆਂ ਨੂੰ ਸਮਝੋ ਸਮਰਥਨ ਬਾਚੋ ਦੇ ਕੇ ਚੋਣ ਕਰਾ ਲੈਂਦੀ ਸੀ ਕੀ ਕੋਈ ਇਹ ਬਸ ਬਣਾ ਪਾਹੀ ਗੱਲ ਕਰ ਰਹੇ ਸੀਗੇ ਕਿ ਮਹਾਰਾਸ਼ਟਰ ਦੀ ਤੁਸੀਂ ਗੱਲ ਲੈ ਲਓ ਮਹਾਰਾਸ਼ਟਰ ਜੀ ਵੀ ਹਾਲ ਉਹੀ ਹੋਇਆ ਜੋ ਹਰਿਆਣੇ ਚ ਹੋਇਆ ਜੇ ਉੱਥੇ ਕਾਂਗਰਸ ਤੇ ਮਤਲਬ ਜ਼ੋਰ ਲਾਉਂਦੀ ਤਾਂ ਮੇਰਾ ਖਿਆਲ ਹੈ ਕਿ ਸਿੱਤੀ ਹੋਰ ਵੀ ਬੈਟਰ ਹੋ ਸਕਦੀ ਕਾਂਗਰਸ ਪਹਿਲਾਂ ਹੀ ਹਾਰ ਮੰਨ ਚੁੱਕੀ ਸੀ ਕਾਂਗਰਸ ਤੇ ਪਹਿਲੀ ਹਾਰ ਮੰਨ ਚੁੱਕੀ ਸੀ ਉੱਥੇ ਵੀ ਕੋਈ ਵੱਡਾ ਲੀਡਰ ਬਹੁਤਾ ਪ੍ਰਚਾਰ ਕਰਨ ਵਾਸਤੇ ਗਿਆ ਹੀ ਨਹੀਂ ਲੋਕਾਂ ਨੇ ਵੋਟਾਂ ਵਾਪਸ ਲਈ ਕੌਣ ਲੜੀ ਆਸ ਵਿੱਚ ਉੱਥੇ ਉਹ ਸ਼ਰਦਪਾਲ ਨੇ ਲੜੀ ਆ ਉਹਨੇ ਬੜੀ ਡਟ ਕੇ ਚੌਣ ਲੜੀ ਆ ਉਹਨੂੰ ਚੈਲੰਜ ਕੀਤਾ ਸੀ ਆਹਨ ਵਿੱਚ ਬੀਜੇਪੀ ਨੇ ਜਦੋਂ ਚੈਲੰਜ ਕੀਤਾ ਕੋ ਮਰਾਠਾ ਮਰਹਾ ਜਿਹੜੀ ਕਮਿਊਨਿਟੀ ਆ ਉਹਦੇ ਵਿੱਚ ਉਹਦਾ ਬਹੁਤ ਵੱਡਾ ਕਾਦਾਗਾ ਸ਼ਰਦਪਾਲ ਨੇ ਬੀਜੇਪੀ ਨੂੰ ਚੈਲੰਜ ਵੀ ਕੀਤਾ ਮੈਨੂੰ ਫੜਨਾ ਆਓ ਫੜੋ ਮੈਂ ਚੱਲਿਆ ਐਡੀ ਦਫ਼ਤਰ ਉਹ ਜ ਲੈ ਕੇ ਉੱਥੇ ਕੀਨੇ ਪੰਚਾਇਤ 7000 ਬੰਦਾ ਉੱਥੇ ਤੇ ਲੈ ਜਾਣ ਲੱਗਿਆ ਸੀਗਾ ਉਹ ਕਮਿਸ਼ਨ ਨੇ ਆ ਕੇ ਪੁਰਸ ਕਮਿਸ਼ਨ ਆ ਕੇ ਬੇਨਤੀ ਕੀਤੀ ਕਿ ਨਹੀਂ ਪਵਾਰ ਸਾਹਿਬ ਤੁਹਾਨੂੰ ਕੋਈ ਨਹੀਂ ਫੜਦਾ ਤੁਸੀਂ ਆਪਣਾ ਘਰੇ ਜਾਵੋ ਬੈਠੋ ਫੇਰ ਉਹਨੇ ਕਾਲ ਆਫ ਕੀਤਾ ਨਹੀਂ ਤਾਂ ਉਹ ਜਾਣ ਲੱਗੇ ਸੀ ਇਹਨਾਂ ਦੀ ਡੀਡੀ ਬਲੌਨ ਨੂੰ ਸਮਣ ਜਵਾਬ ਦੇ ਦਿੱਤੀ ਇਲੈਕਸ਼ਨ ਤੋਂ ਪਹਿਲਾਂ ਤਾਂ ਕਿ ਉਹਦੇ ਸੋਹਿਆ ਦਵਾ ਡੀਡੀ ਅਜੇ ਪਹਿਲਾਂ ਇਸੇ ਕੰਮ ਲਈ ਰੱਖੀ ਹੋਈ ਨਵਾਂ ਚੋਣ ਕਮਿਸ਼ਨ ਬਣਿਆ ਹੋਇਆ ਨਵਾਂ ਗੋਣ ਇਸੇ ਕੰਮ ਲਈ ਰੱਖੀ ਹੋਈ ਹੈ ਇਸੇ ਕੰਮ ਲਈ ਚੱਲ ਰਿਹਾ ਕੰਮ ਉਹਦਾ ਸੋ ਗੱਲ ਇਹ ਹੈ ਕਿ ਹੁਣ ਉਥੇ ਜਿਹੜੀ ਸ਼ਿਪਸ ਹੈ ਨਾ ਹੈਗੀ ਉਹ ਉਥੇ ਅੱਖਾਂ ਦਿਖਾ ਰਹੀ ਹੈ ਹਾਂ ਪਿਛਲਾ ਪਹਿਲਾਂ ਵੀ ਦਿਖਾਉਂਦੀ ਸੀ ਪਹਿਲਾਂ ਵੀ ਉਹ ਬੜੀਆਂ ਚੁੰਨੀਆਂ ਵੜਦੀ ਰਹੀ ਐ ਪਹਿਲਾਂ ਪ੍ਰਵਾਹ ਨਹੀਂ ਚੋਣਾਂ ਪਹਿਲਾਂ ਤੋਂ ਹੀ ਉਹ ਤਾਂ ਫਿਰ ਉਦੋਂ ਪ੍ਰਵਾਹ ਨਹੀਂ ਕੀਤੇ ਇਹਨਾਂ ਨੇ ਹੁਣ ਪਰ ਬੀਜਪੀ ਦੀ ਸਥਿਤੀ ਉੱਥੇ ਛੋੜੀ ਬਹੁਤ ਨਰਮ ਪਈ ਨਰਮ ਪਈ ਜੀ ਨੂੰ ਕਹਿ ਸਕਦੇ ਆ ਕਿ ਆ ਉੱਥੇ ਵੀ ਨੂੰ ਲੱਗਦਾ ਸੀ ਕੱਲੀ ਜਜ਼ੋਰ ਹੋਈ ਐ ਬੀਜਪੀ ਉੱਥੇ ਕਾਫੀ ਕਮਜ਼ੋਰ ਹੋਈ ਐ ਹਾਲਾਂਕਿ ਧਰਾਂ ਤਾਂ ਦੋਨੇ ਕਮਜ਼ੋਰ ਹੋਈਆਂ ਨੇ ਪਰ ਬੀਜਪੀ ਜ਼ਿਆਦਾ ਕਮਜ਼ੋਰ ਹੋਈ ਐ ਤੇ ਉਹਦੀ ਪੋਜੀਸ਼ਨ ਖਰਾਬ ਹੋਈ ਐ ਫੰਡ ਫੰਡ ਵੀ ਇਸ ਦੀ ਉਸ ਤੋਂ ਬਾਅਦ ਉਹਨੇ ਕਿਹਾ ਵੀ ਨਹੀਂ ਸਾਡਾ ਤਾਂ ਪਹਿਲਾ ਫੈਸਲਾ ਕਰੋ ਹਾਂ ਲਿਖਤੀ ਕਰ ਲੋਗੇ ਨਹੀਂ ਤਾਂ ਸਾਡਾ ਸੀਐਮ 2.5 ਸ ਜਿਹੜਾ ਕਿ ਉਹ ਉਦਮ ਠਾਕਰੇ ਦਾ ਬੇਟਾ ਹੈਗਾ ਉਹ ਨੂੰ ਉਹਦੇ ਧਿਆ ਮੇਰੇ ਹੱਸਿਆ ਜੀ 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 ਦਿੱਤਾ ਠਾਕਰੇ ਹੈਗਾ ਉਹਦੀ ਉਮਰ 26 ਸਾਲ ਦੀ ਹੈਗੀ ਵੀ ਜਾ ਤਾਂ ਉਹਨੂੰ ਪਹਿਲਾਂ ਸੀਐਮ ਬਣਾਓ ਨਹੀਂ ਤਾਂ ਇੱਥੇ ਲਿਖ ਕੇ ਦਿਓ ਲਿਖ ਕੇ ਦੇ ਦਿਓ ਹਾਂ ਐਫੀ ਡਾਪਟ ਦਿਓ ਮਤਲਬ ਹਾਂ ਹਲਫੀਆ ਵਿਆਨ ਹਲਫੀਆ ਬਿਆਨ ਦਿਓ ਕਿ ਆਪਣਾ 2.5 ਸਾਲਾਂ ਬਾਅਦ ਸਾਡਾ ਸੀਐਮ ਹੋਊਗਾ ਉੱਥੇ ਪੂਰੀ ਉਹ ਜੋਰ ਰੰਜਮਾਈ ਚੱਲ ਰਹੀ ਹੈ ਹੁਣ ਮੇਰਾ 30 ਤਰੀਕ ਨੂੰ ਸ਼ਾਇਦ ਸ਼ਾ ਆਪਣਾ ਅਮਿਤ ਸ਼ਾਹ ਜਾ ਰਹੇ ਨੇ ਮੀਟਿੰਗ ਕਰਕੇ ਉਹ ਉਹਨੇ ਕਹਿਤਾ ਕਿ ਅਸੀਂ ਉਹਨਾਂ ਨਾਲ ਮੀਟਿੰਗ ਨਹੀਂ ਕਰਨੀ ਤੁਸੀਂ ਬੜੇ ਜੂਨੀਅਰ ਲੀਡਰ ਲੈਵਲ ਦੇ ਲੀਡਰ ਹੋ ਸਾਡੇ ਤੁਸੀਂ ਛੋਟੇ ਲੈਵਲ ਦੇ ਲੀਡਰ ਹੋ ਤੁਹਾਡੇ ਨਾਲ ਅਸੀਂ ਕੋਈ ਮੀਟਿੰਗ ਕਰਨੀ ਅਮਿਤ ਸ਼ਾਹ ਆਵੇ ਅਸੀਂ ਉਹਦੇ ਨਾਲ ਬੈਠ ਕੇ ਮੀਟਿੰਗ ਕਰਾਂਗੇ ਜੋ ਪਹਿਲਾਂ ਇਲਕਸ਼ਨ ਤੋਂ ਫੈਸਲਾ ਹੋਇਆ ਸੀ ਉਸੇ ਦੇ ਕੰਮ ਕਰਾਂਗੇ ਫੈਸਲਾ ਹੀ ਹੋਇਆ ਸੀ ਕਿ ਢਾਈ ਸਾਲ ਸਰਕਾਰ ਬਣਦੀ ਹੈ ਢਾਈ ਸਾਲ ਉਹਨਾਂ ਦੀ ਸਰਕਾਰ ਹੋਗੀ ਢਾਈ ਸਾਲ ਉਹਨਾਂ ਦੀ ਸਰਕਾਰ ਹੋਗੀ ਇੱਕ ਤਾਂ ਗਾਲ ਇੱਕ ਮਤਲਬ ਇਥੋਂ ਚਲੋ ਆਪਾਂ ਖਤਮ ਕਰਦੇ ਆਂ ਪਰ ਹੁਣ ਆਪਾਂ ਕਾਲੀ ਦਾਤ ਤੇ ਜਿਹੜੀ ਬਿਲਕੁਲ ਹਾਂ ਤੁਸੀਂ ਇਹਨੂੰ ਕਾਲੀ ਕੱਲ ਹਾਂ ਜਿਹੜਾ ਰਿਸ਼ਤਾ ਲੱਗ ਰਿਹਾ ਸੀ ਕਿ ਪੰਜਾਬ ਚ ਟੁੱਟ ਜਾਣਾ ਜਾਂ ਭਾਜਪਾ ਇਕੱਲਿਆਂ ਲੜ ਸਕਦੀ ਆ ਜਾਂ ਹੁਣ ਜਿਵੇਂ ਮਿੱਤਲ ਸਾਹਿਬ ਵਰਗਿਆਂ ਦੇ ਬਿਆਨ ਆਉਣ ਲੱਗੇ ਸੀ ਕਿ ਭੁੱਲ ਜਾਓ ਹੁਣ ਅਸੀਂ ਛੋਟੇ ਭਾਈ ਨਹੀਂ ਪੰਜਾਬ ਚ ਵੱਡੇ ਭਾਈ ਹੋਵਾਂਗੇ ਸੋ ਹੁਣ ਇਹ ਸਾਰਾ ਕਿੱਦਾਂ ਹੋ ਗਿਆ ਪਰ ਉਸ ਤੋਂ ਵੀ ਹਾਸੋ ਹੈ ਨਹੀਂ ਗੱਲ ਇਹ ਐ ਕਿ ਥੋੜੇ ਦਿਨ ਪਹਿਲਾਂ ਇੱਕ ਤਰ੍ਹਾਂ ਨਾਲ ਕਾਲੀ ਧਰਤੇ ਕਹਿੰਦੇ ਆ ਆਪਣਾ ਬੀਜੇਪੀ ਗੱਲੀਬਾਤੀ ਖੇਤਰ ਖੇਤਰੀ ਹੋ ਗਿਆ ਢੀ ਸੀ ਹਰਿਆਣਾ ਦਾ ਹੁੰਦਾ ਨਾ ਸਾਹਮਣੋਂ ਆਪ ਨੂੰ ਸਭ ਨੇ ਖੇਤਰ ਖੇਤਰੀ ਹੋਣਾ ਪਰ ਇਹ ਗੱਲੋਂ ਗੱਲੀਬਾਤੀ ਖੇਤਰ ਹੋ ਖੱਟਰ ਦੇ ਬਿਆਨ ਸੀ ਖੱਟਰ ਸਾਹਿਬ ਦਾ ਬੜਾ ਭਿਆਨਕ ਬਿਆਨ ਸੀ ਇਹ ਨੂੰ ਕਹਿ ਸਕਦੇ ਆ ਕਿ ਦੋ ਦਿਨ ਨਹੀਂ ਛੱਡ ਦੋ ਦਿਨ ਨਹੀਂ ਕਾਲੀ ਧਰਤੇ ਐਡਾ ਵੱਡਾ ਅਟੈਕ ਕੀਤਾ ਸੀਗਾ ਕਿ ਇੱਕ ਨਸ਼ੇੜੀ ਬੰਦੇ ਨੂੰ ਜਿਹਨੂੰ ਅਸੀਂ ਛੱਡਿਆ ਸੀਗਾ ਉਹਨਾਂ ਨੂੰ ਨ ਟਿਕਟ ਦੇਤੀ ਟਿਕਟ ਦੇਤੀ ਇਹਨਾਂ ਨੇ ਤਾਂ ਉਹ ਤਾਂ ਇਥੇ ਦਾ ਕਰ ਦੋਸ਼ ਲਾਗੇ ਸੀਗੇ ਹੋਰ ਵੀ ਉਹਨਾਂ ਨੇ ਕਿਹਾ ਸੀ ਨੀ ਫਿਰ ਇਹ ਵੀ ਕਹਤਾ ਸੀ ਕਿ ਐਸ ਵੀ ਐਲ ਤੇ ਸਾਡੇ ਨਾਲ ਆ ਜਾਓ ਦੋ ਦਿਨ ਸੀ ਟਾਕਰ ਕਰਦਾਂਗੇ ਫ੍ਰੀ ਛੱਡ ਦਿੰਦੇ ਕੋਈ ਛੱਡ ਦਾਂਗੇ ਕਹਿੰਦੇ ਮਤਲਬ ਤਿੰਨ ਚਾਰ ਬਿਆਨ ਇਹਨਾਂ ਹੰਕਾਰੀ ਹੰਕਾਰੀ ਬਿਆਨ ਸਰ ਸਾਹ ਦੇ ਤਿੰਨ ਚਾਰ ਬਿਆਨ ਇਹੇ ਜੀ ਸੀਗੇ ਜਿਹੜੇ ਕਿ ਇੱਕ ਤੁਹਾਡ ਮੁੱਖ ਮੰਤਰੀ ਲੈਵਲ ਦੇ ਬੰਦੇ ਨੂੰ ਸ਼ੋਭਾ ਨਹੀਂ ਦਿੰਦੇ ਤੇ ਉਹਨਾਂ ਨੇ ਕੀਤੇ ਵੀ ਉਹਨਾਂ ਨਾਲ ਜਿਹੜੀ ਪਾਰਟੀ 1997-98 ਤੋਂ ਬੀਜਪੀ ਦੇ ਨਾਲ ਬਿਨਾ ਕਿਸੇ ਸ਼ਰਤ ਤੋਂ ਖੜੀ ਹੈ ਉਸ ਲਾਈ ਦੇ ਖਿਲਾਫ ਸਿਰਫ ਹਰਿਆਣਵੀ ਆਪਣਾ ਸਾਰਾ ਕੁਝ ਗਵਾ ਕੇ ਖੜੀ ਹੈ ਹਾਂ ਗਵਾ ਕੇ ਹੀ ਤੋਂ ਖੜੀ ਹੈ ਸਾਰਾ ਆਪਣਾ ਰੂ ਰਸੂਲ ਛੱਡ ਕੇ ਆਪਣਾ ਜੱਗ ਛੱਡ ਕੇ ਏਜੰਡੇ ਆਪਣਾ ਸਿਧਾਂਤ ਛੱਡ ਕੇ ਉਹ ਸਭ ਕੁਝ ਛੱਡ ਕੇ ਖੜੀ ਹੈ ਉਸ ਪਾਰਟੀ ਦੇ ਖਿਲਾਫ ਬੀਜਪੀ ਦੇ ਨੇਤਾ ਵੱਲੋਂ ਬਿਆਨ ਦੇ ਨੇ ਮੈਨੂੰ ਤਾਂ ਬੜੀ ਹੈਰਾਨੀ ਹੋ ਰਹੀ ਹੈ ਵੀ ਕਿੱਥੋਂ ਤੱਕ ਚਲੇਗੀ ਇਹ ਸਿਆਸਤ ਪਰ ਹੁਣ ਜਿਹੜੀ ਬੀਜੀਟੀ ਉਹਦੀ ਹਵਾ ਕਾਫੀ ਨਿਕਲੀ ਹੈ ਨਿਕਲ ਗਈ ਹੈ ਨਾ ਵੀ ਅੱਧੀ ਕੀ ਰਹਿ ਗਈ ਹੈ ਖਾਸ ਕਰਕੇ ਜਿਹੜੀ ਮਹਾਰਾਸ਼ਟਰ ਚੋਣ ਹੋਏ ਨੇ ਤੇ ਕਿ ਹਰਿਆਣੇ ਚੋਣ ਹੋਈ ਹੈ ਉਸ ਤੋਂ ਬਾਅਦ ਕਾਫੀ ਹਰਕਪਿਆ ਜੀ ਹੁਣ ਮੈਨੂੰ ਲੱਗਦਾ ਬੀਜਪੀ ਪੰਜ ਬਾਰ ਸੋਚੇਗੀ ਕਿ ਕਾਲੀਦਾਰ ਨਾਲ ਆਪਾਂ ਤੋੜ ਵਿਛੜਾ ਕਰਨਾ ਹੈ ਕਿ ਨਹੀਂ ਕਰਨਾ ਮੈਨੂੰ ਤਾਂ ਲੱਗਦਾ ਨਹੀਂ ਕਿ ਤੋੜ ਵਿਛੜਾ ਹੋਏਗਾ ਜੀ ਕੋਈ ਸੰਭਾਵਨਾ ਨਹੀਂ ਲੱਗਦੀ ਅੱਛਾ ਜੀ ਦੋ ਕਾਰਨ ਨੇ ਵੀ ਜਿਹੜੀ ਜੱਟ ਸਿਕ ਕਮਿਊਨਿਟੀ ਹੈਗੀ ਪੰਜਾਬ ਵਿੱਚ ਉਹ ਡੋਮਿਨੇਟ ਕਰਦੀ ਰਹੀ ਹੈ ਸਿਆਸਤ ਵਿੱਚ ਭਾ ਮਹਾਓ ਕਾਂਗਰਸ ਸਰਕਾਰ ਹੋਵੇ ਭਾ ਮਹਾਓ ਕਾਲੀ ਸਰਕਾਰ ਹੋਵੇ ਜੀ ਜੀ ਕਾਲੀ ਸਰਕਾਰ ਵੇਲੇ ਤੇ ਵੇਲੇ ਜੱਟ ਸਿੱਖ ਸਾਰੇ ਬਣੇ ਨੇ ਆਪਣਾ ਚੀਫ ਮਿਨਿਸਟਰ ਮੁੱਖ ਮੰਤਰੀ ਬਣੇ ਨੇ ਪਾਰਟੀਆਂ ਪ੍ਰਧਾਨੀ ਕਾਂਗਰਸ ਸੀ ਵੇਲੇ ਵੀ ਤਕਰੀਬਨ ਜੱਟ ਸਿੱਖ ਬਣੇ ਨੇ ਗਿਆਨੀ ਜੈਲ ਸਿੰਘ ਲਾਲੋ ਜਾਂ ਇੱਕ ਅਦਾ ਸ਼ਾਇਦ ਬੰਦਾ ਹੋਰ ਹੋਵੇ ਨਹੀਂ ਪਠੜ ਲਾਲੋ ਪਠੜ ਤੇ ਜੱਟ ਸਿੱਖ ਪਰਿਵਾਰ ਚੋਂ ਹੀ ਸੀ ਪਰਾੜ ਸਾਹਿਬ ਵੀ ਜੱਟ ਸਿੱਖ ਪਰਿਵਾਰ ਇਹ ਸਾਰੇ ਜੱਟ ਉਹੀ ਕਹਿੰਦੇ ਨੇ ਜੱਟ ਬਣੇ ਨੇ ਗਿਆਨੀ ਜੈਲ ਸਿੰਘ ਹੀ ਸੀ ਜਿਹਨਾਂ ਨੇ ਬੜੇ ਤਾਂ ਰਾ ਰਾ ਕੀਤਾ ਪੰਜ ਸਾਲ ਰਹੇ ਉਹ ਮਤਲਬ ਆਮ ਤੌਰ ਤੇ ਜੱਟ ਸਾ ਜੱਟ ਸਿਖਰੇ ਨੇ ਜੀ ਤਾਂ ਹਰਿਆਣੇ ਵਿੱਚ ਵੀ जाट 2 ਮਿੰਟ ਕਰਦੇ ਰਹੇ ਬਹੁਤ ਦੇ ਰਹੇ ਪਰ ਉਹਨਾਂ ਤੋਂ ਸਦਾ ਖੁਸ ਗਈ ਸੀ ਖੁਸ ਗਈ ਸੀ ਹਰਿਆਣੇ ਵਿੱਚ ਉਹਨਾਂ ਨੇ ਦੁਬਾਰੇ ਸਤਾ ਪਾਉਣ ਵਾਸਤੇ ਪੂਰਾ ਜੋਰ ਲਾਇਆ ਜਿਹੜੀ ਵੋਟ ਹੁੱਡਾ ਸਾਹਿਬ ਨੂੰ ਪਈ ਹੈ ਜਾਂ ਜੀ ਜੀ ਪੀ ਨੂੰ ਪਈ ਹੈ ਇਹ ਵੋਟ ਸਾਨੂੰ ਉਸ ਨਜ਼ਰੀਏ ਨਾਲ ਦੇਖਣੀ ਵੈਈ ਜਿਹੜੀਆਂ ਕਿ ਉਹ ਮਰਟੀਆਂ ਕੋਲੋਂ ਸਦਾ ਜਾਂਦੀ ਹੈ ਫਿਰ ਉਹ ਦੁਬਾਰੇ ਕਿਵੇਂ ਆਪਣੇ ਆਪ ਵਾਪਸੀ ਕਰਦੀ ਹੈ ਸਦਾ ਵਾਪਸੀ ਕਰਨ ਦੀ ਕੋਸ਼ਿਸ਼ ਕਰਦੀ ਨੇ ਇਸ ਤਰ੍ਹਾਂ ਮਰਾਠੇ ਲਾ ਲੋ ਜੀ ਜੀ ਇਹ ਤੁਸੀਂ ਮਹਾਰਾਸ਼ਟਰ ਵੱਲ ਨਿਗਾਹ ਮਾਰੋ ਤਾਂ ਉੱਥੇ ਮਰਾਠਾ ਦਾ ਸ਼ਰਦ ਪਵਾਰ ਜੀ ਕਿੰਨੇ ਤੇ ਰਹੇ ਨੇ ਹੋਰ ਵੀ ਮਰਾਠਾ ਲੀਡਰ ਕਿੰਨੇ ਤੇ ਉੱਥੇ ਮੁੱਖ ਮੰਤਰੀ ਰਹੇ ਨੇ ਉਹਨਾਂ ਨੇ ਵੀ ਦੁਬਾਰੇ ਅਸਾਲਟ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਆਪਸੀ ਸਤਾ ਦਵਾਰ ਲਈਏ ਪੰਜਾਬ ਚ ਤਾਂ ਚਰਚਾ ਹੀ ਸੀ ਕਿ ਭਾਜਪੀ ਹਰਿਆਣੇ ਵਾਲੀ ਦਾ ਖੇਡਣ ਨੂੰ ਫਿਰਦੇ ਕਿ ਇੱਥੇ ਵੀ 29% ਜੱਟ ਨੇ ਇਹਨਾਂ ਨੂੰ ਕਿਨਾਰੇ ਕਰ ਦੋ ਬਾਕੀ 71% ਵੋਟਾਂ ਹਾਂ ਹਾਂ ਬਿਲਕੁਲ ਉਹ ਹੁਣ ਭਾਜਪੀ ਨੇ ਦੇਖਣਾ ਪਵੇਗਾ ਦੋ ਸੋਚਣਾ ਪਵੇਗਾ ਕੀ ਜਾ ਰਿਹਾ ਜਿਹੜਾ ਅਸੀਂ ਪੰਗਾ ਲੈ ਰਹੇ ਆ ਕਿ ਜਿਹੜੀ ਡੋਮੀਨੇਟਿੰਗ ਕਮਿਊਨਿਟੀ ਹੈ ਉਹਨਾਂ ਨੂੰ ਇੱਕ ਪਾਸੇ ਕਰਦੇ ਆ ਕਿਤੇ ਉਹਦਾ ਦੇਸ਼ ਵਿੱਚੋਂ ਵੱਡਾ ਰਿਐਕਸ਼ਨ ਤਾਂ ਨਹੀਂ ਹੋ ਜਾਏਗਾ ਕੋਈ ਹੋਰ ਤਰ੍ਹਾਂ ਦੀ ਗੱਲ ਤਾਂ ਨਹੀਂ ਹੋ ਜਾਏਗੀ ਜਾਂ ਸਾਡਾ ਕਿਤੇ ਸਦਾ ਲਈ ਫੱਟੀ ਤਾਂ ਨਹੀਂ ਪੁੱਟ ਜਾਏਗੀ ਕਿਤੇ ਕਮਿਊਨਿਟੀ ਇਕੱਠੀਆਂ ਹੋ ਜਾਣ ਸੋ ਇਸ ਕਰਕੇ ਮੈਨੂੰ ਲੈਂਕੇ ਦੇ ਕਰਕੇ ਦੂਜੀ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਦਸ਼ਾਂਤ ਜੀ ਤਾੜੀਆਂ ਮਨਾਉਣ ਵਾਸਤੇ ਥੋੜਾ ਮੋਟਾ ਮਿੰਤਰਲਾ ਬਾਦਲ ਵੱਡੇ ਵਾਲ ਸਾਹਿਬ ਦਾ ਕਰਨਾ ਪਿਆ ਨਹੀਂ ਇਹ ਵੀ ਚਰਚਾ ਚੱਲੀ ਸੀ ਕਿ ਕਹਿੰਦੇ ਫੋਨ ਕੀਤਾ ਵਾਲ ਸਾਹਿਬ ਨੂੰ ਕਿ ਇਹ ਕਿਹਾ ਜਾਂਦਾ ਜੋ ਪੀਟੀਸੀ ਨੇ ਖ਼ਬਰ ਚਲਾਈ ਹੈ ਸਭ ਤੋਂ ਪਹਿਲਾਂ ਅੱਛਾ ਜੀ ਇਹ ਖ਼ਬਰ ਜਿਹੜੀ ਇਹ ਚੱਲੀ ਨਾ ਕਿ ਵਾਲ ਸਾਹਿਬ ਨੂੰ ਫੋਨ ਕੀਤਾ ਹੈ ਕਿ ਉਹ ਇਹਦਾ ਪੋਜ਼ਿਟਿਵ ਮੰਨੀ ਹੈ ਫਿਰ ਪੁਸ਼ਟੀ ਮੰਨ ਸਾਦੇ ਇਹ ਦੱਸ ਰਹੇ ਨੇ ਮੈਨੂੰ ਮੈਂ ਖੁਦ ਨਹੀਂ ਦੇਖਿਆ ਪਰ ਉਹਨਾਂ ਦੱਸਿਆ ਪੀਟੀਸੀ ਨੇ ਸਭ ਤੋਂ ਪਹਿਲਾਂ ਖ਼ਬਰ ਚਲਾਈ 11:00 ਵਜੇ ਫਿਰ ਤਾਂ ਮੰਨੀ ਹੈ ਕਿ ਵਾਲ ਸਾਹਿਬ ਇਹ ਕਹਿ ਰਹੇ ਨੇ ਜਲਤ ਉਹ ਜਦੋਂ ਰਿਜ਼ਲਟ ਆ ਨਾ ਕਿਹੜਾ 30 35 ਦੇ ਘੁੰਮ ਰਿਹਾ ਸੀ ਨਾ 35 40 ਦੇ ਘੁੰਮ ਰਿਹਾ ਸੀ ਉਦੋਂ ਫਿਰ ਉਹਨਾਂ ਨੇ ਪੁਸ਼ਟੀ ਕੀਤੀ ਸੀ ਕਿ ਇਹ ਹੁਣ ਲੱਗਦਾ ਨਹੀਂ ਕਿ 45 ਸੀਟਾਂ ਆ ਜਾਣ ਉਦੋਂ ਫਿਰ ਉਹਨਾਂ ਨੇ ਲੱਗਿਆ ਕਿ ਹੁਣ ਆਪ ਬਾਲ ਸਾਹਿਬ ਦਾ ਕੁਕੀ ਮੈਨੂੰ ਵੀ ਪਤਾ ਲੱਗਿਆ ਕਿ ਬਾਲ ਸਾਹਿਬ ਦਾ ਆਪ ਦੂਏ ਚਟਾਲਿਆਂ ਨਾਲ ਫਿਰਦੇ ਰਹੇ ਚੌਣਾ ਚ ਨਹੀਂ ਚਲੋ ਨਾ ਸਾਰੇ ਪਰਿਵਾਰ ਨਾਲ ਹੀ ਆ ਤੁਸੀਂ ਦੇਖਿਆ ਹੋਣਾ ਜਦੋਂ ਬਲਸਾ ਉੱਤੇ ਗਏ ਸੀ ਉਹਨਾਂ ਨੇ ਸਮਝ ਉੱਤੇ ਕਰਾਉਣ ਦੀ ਕੋਸ਼ਿਸ਼ ਕੀਤੀ ਹਾਂ ਸਾਰੇ ਬਲਸਾ ਜਦੋਂ ਉੱਤੇ ਗਏ ਸੀਗੇ ਤਾਂ ਪਹਿਲਾਂ ਤਾਂ ਜਿਹੜੇ ਅਜੇ ਚਟਾਲਾ ਹੈਗੇ ਉਹਨਾਂ ਨੇ ਆ ਕੇ ਉਹਦੇ ਪੈਰੀਆਂ ਥਲਾਈ ਫਿਰ ਜਦੋਂ ਇਹ ਲੜਕਾ ਆਇਆ ਦੁਸ਼ਾਂਤ ਨੇ ਲਾਇਆ ਦੁਸ਼ਾਂਤ ਨੇ ਵੀ ਪੈਰੀਆਂ ਥਲਾਈ ਹੋਰ ਵੀ ਬੰਦੇ ਨੇ ਲਾਇਆ ਬਿਲਕੁਲ ਰਿਗਾਰਡ ਹਰਿਆਣੇ ਦੇ ਕਿ ਸ਼ਿਮਲੇ ਵਾਲੇ ਆਪਣਾ ਹਿਮਾਚਲ ਵਾਲੇ ਜਿਹੜੇ ਸੀਐਮ ਆਏ ਸੀ ਉਹਨਾਂ ਨੇ ਵੀ ਲਾਇਆ even ਖੱਟਰ ਸਾਹ ਨੇ ਵੀ ਹਾਂ ਰਿਗਾਰਡ ਕੀਤਾ ਇਹ ਤਾਂ ਕੋਈ ਸ਼ੱਕ ਨਹੀਂ ਤੋਂ ਇਹ ਤਾਂ ਆਪਾਂ ਮੰਨ ਹੀ ਮੰਨਿਆ ਪਰ ਉਹ ਤਾਂ ਮੰਨਦੇ ਕਹਿੰਦੇ ਨਾ ਹਮੇਸ਼ਾ ਹ ਕਿ ਚਟਾਲਾ ਪਰਿਵਾਰ ਨਾਲ ਸਾਡਾ ਹੀ ਪਰਿਵਾਰ ਸਾਡਾ ਖੂਨ ਦਾ ਹੀ ਰਿਸ਼ਤਾ ਇੱਕ ਤਰ੍ਹਾਂ ਦਾ ਸਾਡਾ ਪੁਰਾਣਾ ਪਰਿਵਾਰਾਂ ਦਾ ਰਿਸ਼ਤਾ ਹੈ ਇਹਦੇ ਵਿੱਚ ਮੁੱਦਿਆਂ ਦਾ ਕੋਈ ਮਤਲਬ ਨਹੀਂ ਹੈ ਮਤਲਬ ਨਹੀਂ ਹਾਂ ਤੇ ਹਲੇ ਉਹ ਪਰਿਵਾਰ ਇਹਨਾਂ ਦੀ ਗੱਲ ਮੰਨਦਾ ਹੈ ਉਹਨਾਂ ਨੇ ਕਿਹਾ ਨਾਲ ਦੀ ਨਾਲ ਕਿਹਾ ਦਿਸ਼ਾਂਤ ਚਟਾਲਾ ਨੂੰ ਕਿ ਭਾਈ ਹੁਣ ਤੁਸੀਂ ਡਿਪਟੀ ਸੀਐਮ ਤਾਂ ਬਣ ਗਿਆ ਹਾਂ 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 ਹੁਣ ਪਰਿਵਾਰ ਦੀ ਵੇਕਤਾ ਕਰਾਉਣ ਦੀ ਕੋਸ਼ਿਸ਼ ਕਰ ਹਾਂ ਕਿਹਾ ਤਾਂ ਉਹਨੇ ਨਾਲ ਬਿਲਕੁਲ ਹੁਣ ਜਿਹੜੀ ਗੱਲ ਤੁਸੀਂ ਧਾਲੀਵਾਲ ਸਾਹਿਬ ਛੁਈ ਆ ਕਿ ਜੱਟ ਸਿੱਖ ਕਮਿਊਨਿਟੀ ਨੂੰ ਜਿਵੇਂ ਉੱਥੇ जाट ਕਰਨਾਰੇ ਕੀਤੇ ਸੀ ਉਹ ਦੁਬਾਰਾ ਵਾਪਸ ਉਹਨਾਂ ਨੇ ਸੱਤਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਬਿਲਕੁਲ ਦਸ਼ਾਂਤ ਚਾਹੇ ਨਿਪਟਿ ਸੀ ਆ ਬਣ ਗਿਆ ਪਰ ਮੈਨੂੰ ਨਹੀਂ ਲੱਗਦਾ ਕਿ ਜੱਟਾਂ ਨੇ ਵੋਟ ਇਸ ਲਈ ਪਾਈ ਸੀ ਉੱਥੇ ਇਹਨਾਂ ਪਰ ਮੇਰਾ ਮੇਰੀ ਇੱਕ ਹੋਰ ਸਵਾਲ ਹੈ ਇਹਦੇ ਨਾਲ ਜੁੜਦਾ ਕਿ ਉੱਥੇ ਪਤਾ ਲੱਗ ਰਿਹਾ ਸੀ ਕਿ ਭਾਜੀਪੀ ਦੇ ਖਿਲਾਫ ਜੱਟ ਤੇ ਦਲਿਤ ਭਾਈਚਾਰਾ ਕਾਫੀ ਹੱਦ ਤੱਕ ਇਕੱਠਾ ਹੋ ਰਿਹਾ ਪਰ ਖੱਟਰ ਉਹਨਾਂ ਦਾ ਇੱਕ ਬਿਆਨ ਆਉਂਦਾ ਕਿ ਇੱਕ ਵਿਅਕਤੀ ਇਹਨਾਂ ਨੂੰ ਮੁਕਟ ਪਾਉਣ ਲੱਗਦਾ ਉਹ ਬ੍ਰਾਹਮਣ ਸਮਾਜ ਦਾ ਕੋਈ ਲੀਡਰ ਸੀਗਾ ਤੇ ਉਹਨੂੰ ਕਹਿੰਦੇ ਨੇ ਤੇਰਾ ਗਲਾ ਵੜ ਦ ਤੇ ਕਹਿੰਦੇ ਕਿ ਉਹਦਾ ਵੀ ਅਸਰ ਗਿਆ ਕਿ ਬ੍ਰਾਹਮਣ ਸਮਾਜ ਵੀ ਖਾਸਾ ਟੁੱਟਿਆ ਤੇ ਹਰਿਆਣਾ ਚ ਨਹੀਂ ਹੋ ਸਕਦਾ ਹੋ ਸਕਦਾ ਇਸ ਗੱਲ ਦਾ ਅਸਰ ਗਿਆ ਹੋਵੇ ਕਿਉਂਕਿ ਕਿਸੇ ਵੀ ਤੁਸੀਂ ਕਮਿਊਨਿਟੀ ਦੇ ਬੰਦੇ ਨੂੰ ਇਸ ਤਰ੍ਹਾਂ ਕਹਿ ਦਿਓ ਜਿਹੜਾ ਕਿ ਉਹਨਾਂ ਦਾ ਥੋੜਾ ਮਤ ਉਹ ਸਨਮਾਨ ਨਹੀਂ ਕਰ ਰਿਹਾ ਸੀ ਸਨਮਾਨ ਕਰ ਰਿਹਾ ਹੋਵੇ ਤਾਂ ਉਸ ਨੂੰ ਲੋਕਾਂ ਕੋ ਮਹਿਸੂਸ ਤਾਂ ਕਰਦੇ ਨੇ ਇਸ ਤੱਕ ਇਹਦੇ ਵਿੱਚ ਕੋਈ ਸ਼ੱਕ ਨਹੀਂ ਬਾਕੀ ਲੀਡਰ ਦੀ ਬੋਲ ਬਾਣੀ ਜਿਹੜੀ ਹੈਗੀ ਨਾ ਉਹ 100 ਵੋਟ ਵਧਾ ਵੀ ਸਕਦੀ ਹੈ 100 ਵੋਟ ਘਟਾ ਵੀ ਸਕਦੀ ਹੈ ਜੇ ਲੀਡਰ ਇੱਕ ਵੀ ਗਲਤ ਬਿਆਨ ਦੇ ਦੇ ਸਮੇਂ ਸਿਰ ਗਲਤ ਬਿਆਨ ਦੇ ਦੇਗਾ ਮੁੜ ਕੇ ਤਾਂ ਉਹਦੇ ਬਿਆਨ ਨਾਲ ਕਈ ਵਾਰੀ ਬਹੁਤ ਵੱਡਾ ਅਸਰ ਪੈ ਜਾਂਦਾ ਮੁੜ ਕੇ ਉਹ ਜਿਹੜੀ ਰਿਕਵਰੀ ਨਹੀਂ ਹੁੰਦੀ ਜਿਹੜੀ ਹੁਣ ਜੇ ਪੰਜਾਬ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਅਕਾਲੀ ਦਲ ਰਹਿ ਸਕਦਾ ਪਰ ਅਕਾਲੀ ਦਲ ਦਾ ਪੰਜਾਬਛੇ ਜੇ ਆਪਣਾ ਗਰਾਫ ਤਾਂ ਉੱਪਰ ਨਹੀਂ ਉੱਤਰਿਆ ਫਿਰ ਇਹਨਾਂ ਦਾ ਰਹਿ ਕੇ ਫਾਇਦਾ ਕਿ ਕੀ ਉਹੀ ਫਿਰ ਇੱਥੇ ਉਹ ਬਸਪਾ ਨੂੰ ਹੁਣ ਨੇੜੇ ਲਿਆ ਸਕਦੇ ਨੇ ਐ ਜਾਂ ਆਮ ਆਦਮੀ ਪਾਰਟੀ ਕੋਈ ਹੋ ਸਕਦਾ ਹੈ ਜੀ ਕੋਈ ਸੰਭਾਵਨਾ ਬਣ ਸਕਦੀ ਹੈ ਜਾਂ ਕੋਈ ਤੀਜਾ ਦਲ ਟੁੱਟ ਗਿਆ ਬਹੁਤ ਘੱਟ ਸੰਭਾਵਨਾ ਫਿਰ 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 ਕੀ ਮੈਂ ਹੁਣ ਕਾਲੀ ਨਦਾਲੇ ਰਹਿ ਕੇ ਬੀਜੇਪੀ ਨੂੰ ਕਾਲੀ ਨਦਾਲੇ ਵਾਲੀ ਗੁਜ਼ਾਰਾ ਕਰਨਾ ਪੈਣਾ ਮੇਰੇ ਖਿਆਲ ਹੈ ਕਾਂਗਰਸ ਨਾਲ ਜਾ ਨਹੀਂ ਸਕਦੇ ਆਮ ਆਦਮੀ ਪਾਰਟੀ ਨਾਲ ਇਟਕੁੱਦਲਾ ਪਹਿਲੀ ਵਾਰ ਜਿਆਦਾ ਰਾਹੂ ਹੀ ਦੇਰ ਤੋਂ ਕੋਈ ਗੱਲ ਨਹੀਂ ਬਣ ਸਕਦੀ ਕੋਤੀ ਜੀ ਜਾਣ ਬਦਲ ਕੋਤੀ ਜੀ ਕੋਈ ਤੇ ਵੱਡੀ ਉੱਭਰ ਨਹੀਂ ਰਹੀ ਹਾਲੇ ਫਿਲਹਾਲ ਐਸਾ ਨਹੀਂ ਗੱਲ ਹੈਗੀ ਨਵਜੋਤ ਸਿੱਧੂ ਦੁਬਾਰੇ ਵਾਪਸੀ ਦੀ ਕੋਈ ਸੰਭਾਵਨਾ ਲੱਗ ਨਹੀਂ ਰਹੀ ਜਿਹਦੇ ਵਿੱਚ ਕਿਉਂਕਿ ਉਹ ਖੁਦ ਹੀ ਪ੍ਰਾਈਮ ਮਿੰਿਸਟਰ ਦੇ ਖਲਾਫ ਇੰਨਾ ਬੋਲ ਚੁੱਕੇ ਨੇ ਤੋਂ ਸਾਰੇ ਕੁਲਮ ਲਾ ਕੇ ਗੱਲ ਜਿਹੜੀ ਬਣਦੀ ਲੱਗਦੀ ਹੈ ਦਿਖਦੀ ਹੈ ਜੋ ਸਾਹਮਣੇ ਨਜ਼ਰ ਆ ਰਹੀ ਹੈ ਉਹਨਾਂ ਲਈ ਕਿ ਬੀਜੇਪੀ ਤੇ ਇਹ ਕਾਲੀਦਾ ਦਾ ਇਕੱਠ ਜੋੜੀ ਪੰਜਾਬ ਵਿੱਚ ਹਰੇ ਕੁਛ ਦੇ ਰਖ ਹੋਰ ਇਹ ਕਹਿੰਦੇ ਕਿ ਜਿਹੜੇ ਅਕਾਲੀ ਕੁਝ ਪੁਰਾਣੇ ਲੀਡਰਾਂ ਨੇ ਮੌਜੂਦਾ ਸਾਬਕਾ ਲੀਡਰਾਂ ਨੇ ਕੁਝ ਸਾਬਕਾ ਸੰਸਦ ਮੈਂਬਰਾਂ ਨੇ ਅਕਾਲੀਆਂ ਦੇ ਨੇ ਤੇ ਜਾਂ ਇਸੇ ਤਰ੍ਹਾਂ ਕਹਿੰਦੇ ਮੌਜੂਦਾ ਕਾਂਗਰਸੀ ਐਮਐਲਏ ਤੱਕ ਨੇ ਨਵੀਆਂ ਜੈਕਟਾਂ ਸਵਾਰੀਆਂ ਤੇ ਕਿ ਬੀਜੇਪੀ 'ਚ ਜਾਣਾ ਮੈਨੂੰ ਲੱਗਦਾ ਹੈ ਕਿ ਹੁਣ ਜਿਹੜੀ ਹਰਿਆਣੇ ਤੋਂ ਬਾਅਦ ਆਣਾ ਹਰਿਆਣਵੀ ਇਲੈਕਸ਼ਨ ਤੋਂ ਬਾਅਦ ਜਾਂ ਮਹਾਰਾਸ਼ਟਰ ਦੇ ਇਲੈਕਸ਼ਨ ਤੋਂ ਬਾਅਦ ਥੋੜੀ ਜਿਹੀ ਸਥਿਤੀ ਵਿੱਚ ਤਬਦੀਲੀ ਆ ਜਾਂਦੀ ਹੈ ਜੇ ਕਿਤੇ ਬੀਜੇਪੀ ਆਪਣੇ ਦਾਅਵੇ ਤੇ 70 ਪਲਸ ਆ ਜਾਣਗੇ 7 ਸੇਟਾਂ ਲੈ ਜਾਂਦੀ ਤਾਂ ਸਮਝ ਲਓ ਵੀ ਕਾਲੀ ਗੱਲ ਤਾਂ ਆਪਣੇ ਬਿਆਨ ਦਿੱਤਾ ਹੁਣ ਤੱਕ ਇਹ ਤਾਂ ਕੱਲ ਦੀ ਛੁੱਟੀ ਹੁੰਦੀ ਹੁਣ ਤੱਕ ਤਾਂ ਕੱਲ ਉਹਨੇ ਬਿਆਨ ਦੇ ਦੇਣਾ ਦੀ ਬੀਜਪੀ ਨੇ ਵੀ ਅਸੀਂ ਭਾਈ ਪੰਜਾਬ ਵਿੱਚ ਕੱਲੇ ਸਟੋਨ ਡੜਾਂਗੇ ਜਿਵੇਂ ਅਸੀਂ ਬੁਖੇ ਬਕਰੇ ਡੈਡੀ ਵੀ ਇਹ ਹਰਿਆਣਾ ਦੇ ਲੋਕਾਂ ਦਾ ਧੰਨਵਾਦ ਕਰੀਏ ਮਤਲਬ ਕਾਲੀਦਾਨ ਨੂੰ ਉਹਦਾ ਧੰਨਵਾਦ ਕਰਨਾ ਚਾਹੀਦਾ ਬਿਲਕੁਲ ਗਵਾਂਡੀ ਸੂਬਾ ਹੈਗਾ ਬਹੁਤ ਸਰੀ ਗੱਲਾਂ ਮਿਲਦੀਆਂ ਜੁਲਦੀਆਂ ਹੈਗੀਆਂ ਉਦੋਂ ਦੀ ਸ਼ਾਇਦ ਦਾ ਵੀ ਅਸਰ ਹੈ ਤੇਉ ਮੇਰਾ ਖਿਆਲ ਹੈ ਕਿ ਜਿਹੜੀ ਬੀਜੇਪੀ ਨੂੰ ਉੱਥੇ ਨਹੀਂ ਮੈਜੋਰਟੀ ਮਿਲੀ ਜਾਂ ਜਿੰਨੇ ਉਹਨੂੰ ਆਸ ਸੀ ਉਨੀ ਗੱਲ ਨਹੀਂ ਬਣੀ ਉਹਦਾ ਅਸਰ ਹੁਣ ਪੰਜਾਬ ਦੀ ਸਿਆਸਤ ਵਿੱਚ ਵੀ ਪੈਣਾ ਜਾਂਦੇ ਜਾਂਦੇ ਤਾਲੀ ਸਾਹਿਬ ਇੱਕ ਲਾਈਨ ਦੇ ਵਿੱਚ ਮੈਂ ਛੋਟਾ ਚਾਹਾਂ ਕਿ ਲੋਕਾਂ ਚ ਇਹ ਵੀ ਚਰਚਾ ਹੈ ਕਿ ਜਿਹੜੀਆਂ ਵਿਧਾਨ ਸਭਾ ਵੋਟਾਂ ਨਾਲ ਇਹ ਚ ਬੀਜੇਪੀ ਨੇ ਜਾਣ ਕੇ ਆਈਵੀਐਮ ਸੈੱਟ ਨਹੀਂ ਕੀਤੀਆਂ ਕਿ ਤਾਂ ਕਿ ਸਾਡੇ ਖਿਲਾਫ ਵੀ ਆ ਜਵੇ ਸੀ ਕਹਿ ਸਕੀਏ ਦੇਖੋ ਸੰਧਾ ਲੋਕ ਵੋਟ ਪਾਉਂਦੇ ਨੇ ਕਹਿੰਦੇ ਜੋ ਲੋਕ ਸਭਾ ਆਉਂਦੀ ਹੈ ਫਿਰ ਈਵੀਐਮ ਸੈੱਟ ਕਰ ਲੈਂਦੇ ਨੇ ਇਹ ਸੋਸ਼ਲ ਮੀਡੀਆ ਤੇ ਖਾਸੀ ਚਰਚਾ ਚੱਲਦੀ ਹੈ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਨਹੀਂ ਦੇਖੋ ਇਹ ਗੱਲ ਦੇਖੋ ਲੋਕਾਂ ਦਾ ਤਾਂ ਸ਼ੁਰੂ ਤੋਂ ਹੀ ਕਹਿਣਾ ਹੈਗਾ ਕਿ ਈਐਮ ਚ ਕੋਈ ਗੜਬੜ ਹੈ ਅੱਛਾ ਜੀ ਇਹ ਇਲੈਕਸ਼ਨ ਕਮਿਸ਼ਨ ਦੀ ਕਮਜ਼ੋਰੀ ਕਹਿ ਲਓ ਜਾਂ ਉਹਦੀ ਕਿਹਨੇ ਫੇਲਰ ਕਹਿਣਾ ਲੋਕਾਂ ਦਾ ਵਿਸ਼ਵਾਸ ਨਹੀਂ ਬਣਾ ਸਕਿਆ ਕਿ ਨਹੀਂ ਈਵੀਐਮ ਜਿਹੜੀਆਂ ਹੈਗੀਆਂ ਠੀਕ ਨੇ ਬਿਲਕੁਲ ਤੁਸੀਂ 5-700 ਈਵੀਐਮ ਚਾਹ ਲੋਕਾਂ ਨੂੰ ਕਹਿੰਦੇ ਲੈ ਲੋ ਯਾਰ ਲਾ ਕੇ ਬੋਟਾਂ ਪਾ ਕੇ ਸੈੱਟ ਕਰਕੇ ਲੈ ਆ ਕੇ ਦੋ ਸੈੱਟ ਕਰਕੇ ਦੇਖ ਲੈ ਆ ਕੇ ਦੇਖੋ ਮੈਨੂੰ ਆ ਚੱਕੋ ਮੈਂ ਮਤਲਬ ਵੀ ਜਿਹੜੇ ਇੰਜੀਨੀਅਰ ਨੂੰ ਲੈ ਜਾਓ ਜਿਹਦੇ ਕੋਲ ਹੈ ਕਿ ਨੂੰ ਵੀ ਚਾਹੀ ਜੇ ਲੈ ਜਾਓ ਸੈੱਟ ਕਰਕੇ ਲੈ ਆ ਕੇ ਦੋ ਹਾਂ ਡਰਡਰ ਕਰਕੇ ਦੇਖੋ ਹਾਂ ਪਰ ਉਹ ਮੇਰਾ ਖਿਆਲ ਹੈ ਕਿ ਉਹਦਾ ਸਟੈਂਡ ਹੈ ਇਲੈਕਟ੍ਰਿਕ ਵਹਿੰਦਾ ਉਹ ਬਹੁਤ ਚੰਗਾ ਸਟੋਏ ਨਹੀਂ ਹੈਗਾ ਸਮਗਾ ਜਿੰ ਜੇ ਲੋਕਾਂ ਦਾ VOTING ਸਿਸਟਮ ਨੂੰ ਵਿਸ਼ਵਾਸ ਛੁੱਟ ਗਿਆ ਜਾਂ ਲੋਕਾਂ ਨੂੰ ਪਤਾ ਲੱਗਿਆ ਕਿ ਫਿਕਸਿੰਗ ਹੁੰਦੀ ਹੈ ਮਸ਼ੀਨਾ ਰਾਹੀਂ ਬਹੁਤ ਮਾੜਾ ਬਿਲਕੁਲ ਜੇਕਰ EVM ਤੇ ਵੀ ਪਰੋਸਾ ਉੱਠ ਗਿਆ ਲੋਕਤੰਤਰ ਤੋਂ ਪਹਿਲਾਂ ਪਰੋਸਾ ਉੱਠਿਆ ਤੇ EVM ਤੇ ਵੀ ਲੋਕ ਸ਼ੱਕੜ ਕਰਨ ਲੱਗੇ ਤਾਂ ਮਤਲਬ ਵੋਟ ਪ੍ਰੋਸੈਸ ਤੇ ਵੀ ਜੇਕਰ ਵਿਸ਼ਵਾਸ ਉੱਠਦਾ ਜਾ ਰਿਹਾ ਤਾਂ ਵੱਡੀ ਚਿੰਤਾ ਦੀ ਗੱਲ ਹੈ ਪਰ ਪੰਜਾਬ ਦੇ ਮਸਲੇ ਨੂੰ ਲੈ ਕੇ ਤਾਲੀਆਲ ਸਾਹਿਬ ਨੇ ਬੜੀ ਬੇਵਾਕੀ ਨਾ ਕਿਹਾ ਕਿ ਅਕਾਲੀ ਦਲ ਨੂੰ ਥੋੜਾ ਜਿਹਾ ਸੁੱਖ ਦਾ ਸਾਆ ਆਇਆ ਹੋਣਾ ਹਰਿਆਣਾ ਦੇ ਨਤੀਜਿਆਂ ਦਾ ਕਿ ਚਲੋ ਅਜੇ ਸਾਡੇ ਨਾਲ ਸੱਤਾ ਬਣੀ ਰਹੇਗੀ ਸੋ ਇਹਨਾਂ ਸਾਰੀਆਂ ਚਰਚਾਵਾਂ ਨੂੰ ਅਸੀਂ ਇੱਥੇ ਹੁਣ ਸਮਾਪਤੀ ਵੱਲ ਲੈ ਕੇ ਜਾਂਦੇ ਹਾਂ ਫਿਰ ਪਰਤਾਂਗੇ ਨਵੇਂ ਮਹਿਮਾਨ ਨਾਲ ਨਵੇਂ ਵਿਸ਼ਿਆਂ ਨਾਲ ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ ਹਰ ਕਦ